ਮੈਮ ਅਪਾ ਅਗਰ ਫਿਲਮਾਂ ਦੀ ਗੱਲ ਕਰੀਏ ਜਦੋਂ ਬੰਦੇ ਜੀ ਇੱਕ ਜਰਨੀ ਸ਼ੁਰੂ ਹੁੰਦੀ ਹੈ ਕਈ ਬੰਦੇ ਰੁਕ ਕਰਦੇ ਨੇ ਬੰਬੇ ਵਾਲੀ ਸਾਈਡ ਹੂੰ ਕੀ ਰੁਕ ਕਰਦੇ ਨੇ ਥੀਏਟਰ ਵਾਲੀ ਸਾਈਡ ਹੂੰ ਪੱਡਾ ਪਹਿਲਾਂ ਰੁਕ ਕਿਸ ਤਰਫ ਹੋਇਆ ਸੀ ਮੇਰਾ ਫਿਲਮ ਤਾਂ ਮੈਂ ਕਦੀ ਸੁਪਨਾ ਦੇਖਿਆ ਨਹੀਂ ਸੀ ਕਿ ਮੈਂ ਫਿਲਮ ਕਰਨੀ ਐਨਐਸਡੀ ਦੇ ਵਿੱਚ ਜਿਹੜੀ ਸਿਖਾਇਆ ਜਾਂਦਾ ਕਿ ਕਿੱਦਾਂ ਤੁਸੀਂ ਐਕਟਰ ਬਣਦੇ ਉਹ ਪ੍ਰੋਸੈਸ ਕਿਸ ਤਰ੍ਹਾਂ ਦਾ ਹੁੰਦਾ ਪ੍ਰੋਸੈਸ ਬਹੁਤ ਡਿਟੇਲ ਵਰਕ ਹੁੰਦਾ ਆ ਮੇ ਜਿੱਦਾਂ ਇਦਾਂ ਨੇ ਆ ਕਿ ਵੀ ਤੁਹਾਨੂੰ ਡਾਇਲੌਗ ਮਿਲ ਗਏ ਹਾਂਜੀ ਤੁਸੀਂ ਬੋਲ ਦਿੱਤੇ ਇਸ ਪ੍ਰੋਮੋਸ਼ਨ ਕਰ ਰਹੇ ਸੀ ਚੇਤਾ ਸਿੰਘ ਦੀ ਜਦੋਂ ਲੋਕ ਬਹੁਤ ਪਿਆਰ ਕਰਦੇ ਹਾਂ ਹਾਂਜੀ ਮਤਲਬ ਐਂਟਰ ਕਰਦੇ ਸੀ ਅਸੀਂ ਹਾਲ 'ਚ ਜਿੱਦਾਂ ਤੇ ਪਹਿਲੇ ਡਾਇਲੌਗ ਆ ਜਾਂਦੇ ਸੀ ਵੀਰੇ ਪੰਮਾ ਬੋਲਦਾ ਹਨਾ ਬਹੁਤ ਪਿਆਰ ਕਰਦੇ ਔਰ ਬਹੁਤ ਵਧੀਆ ਐਕਟਰ ਇਨਸਾਨ ਵੀ ਬਹੁਤ ਅੱਛਾ ਸਸ਼ੀਗਾਲ ਜੀ ਲਵਰਸ ਆਫ ਸਿਨੇਮਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਇਸ ਅਦਾਕਾਰ ਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਉਹਨਾਂ ਨੇ ਆਪਣੀ ਪੜ੍ਹਾਈ ਐਨਐਸਡੀ ਜਾਨੀ ਕਿ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਕੀਤੀ ਹੈ ਉਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਤੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਉਹਨਾਂ ਨੇ ਇਸ ਤਰ੍ਹਾਂ ਦੇ ਕਿਰਦਾਰ ਕੀਤੇ ਨੇ ਉਹਨਾਂ ਦੇ ਕਿਰਦਾਰ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਉਹ ਕੋਈ ਕੈਰੈਕਟਰ ਨਹੀਂ ਕਰ ਰਹੇ ਉਹ ਖੁਦ ਹੀ ਨੇ ਕਿ ਇੰਨੇ ਬਹੁਤ ਖੂਬੀ ਉਹ ਆਪਣੇ ਕਿਰਦਾਰ ਨੂੰ ਨਮਾਉਂਦੇ ਨੇ ਸੋ ਸਵਾਗਤ ਕਰਦੇ ਹਾਂ ਬਲਜਿੰਦਰ ਗੌਰਣ ਥੈਂਕ ਯੂ ਥੈਂਕ ਯੂ ਸੋ ਮਚ ਟੀਟਾਗੋ ਜੀ ਹਾਂ ਮੈਂ ਬਿਲਕੁਲ ਠੀਕ ਪਰਵਾਹ ਠੀਕਾ ਜੀ ਪਰਿਵਾਰ ਵੀ ਠੀਕ ਹੈ ਮੈਮ ਅਪਾ ਅਗਰ ਫਿਲਮਾਂ ਦੀ ਗੱਲ ਕਰੀਏ ਜਦੋਂ ਬੰਦੇ ਜੀ ਇੱਕ ਜਰਨੀ ਸ਼ੁਰੂ ਹੁੰਦੀ ਹੈ ਕਈ ਬੰਦੇ ਰੁਕ ਕਰਦੇ ਨੇ ਬੰਬੇ ਵਾਲੀ ਸਾਈਡ ਨੂੰ ਹੂੰ ਕਿਉਂ ਰੁਕ ਕਰਦੇ ਨੇ ਥੀਏਟਰ ਵਾਲੀ ਸਾਈਡ ਨੂੰ ਹੂੰ ਤੁਹਾਡਾ ਪਹਿਲਾ ਰੁਕ ਕਿਸ ਤਰਫ ਹੋਇਆ ਸੀ ਮੇਰਾ ਫਿਲਮ ਤਾਂ ਮੈਂ ਕਦੀ ਸੁਪਨਾ ਦੇਖਿਆ ਨਹੀਂ ਸੀ ਕਿ ਮੈਂ ਫਿਲਮ ਕਰਨੀ ਹੈ ਹਾਂਜੀ ਮੇਰੀ ਸ਼ੁਰੂਆਤ ਥੀਏਟਰ ਤੋਂ ਹੀ ਹੋਈ ਸੀ ਔਰ ਮੇਰਾ ਫੋਕਸ ਵੀ ਥੀਏਟਰ ਹੀ ਸੀਗਾ ਕਿ ਮੈਂ ਥੀਏਟਰ ਹੀ ਕਰਨਾ ਹੈ ਫਿਲਮ ਤਾਂ ਘਰ ਬੈਠੇ ਬਿਠਾਏ ਮੈਨੂੰ ਮਿਲੀ ਸੀਗੀ ਪਹਿਲੀ ਸ਼ਾਹਿਦ ਸ਼ਾਹਿਦ ਜਿਹਦੇ ਡਾਇਰੈਕਟਰ ਹਾਂਸਲ ਮਹਿਤਾ ਜੀ ਸੀਗੇ ਤੇ ਰਾਜਕੁਮਾਰ ਰਾਓ ਦੀ ਮਦਰ ਦਾ ਕੈਰੈਕਟਰ ਮੈਂ ਕੀਤਾ ਸੀਗਾ ਉਹ ਫਿਲਮ ਮੈਨੂੰ ਮਿਲੀ ਸੀ ਥੀਏਟਰ ਦੀ ਪਰਫਾਰਮੈਂਸ ਦੇਖੀ ਹੋਈ ਸੀਗੀ ਮੁਕੇ ਛਾਬੜਾ ਨੇ ਜੀ ਤੇ ਮੈਨੂੰ ਘਰ ਬੈਠੇ ਬਿਠਾਏ ਉਹ ਫਿਲਮ ਮਿਲੀ ਸੀ ਤੇ ਇਸ ਤਰ੍ਹਾਂ ਮੇਰੀ ਫਿਲਮਾਂ ਦੀ ਸ਼ੁਰੂਆਤ ਹੋਈ ਬਾਕੀ ਥੀਏਟਰ ਦੀ ਸ਼ੁਰੂਆਤ ਕਾਲਜ ਟਾਈਮ ਤੋਂ ਹੋਈ ਕਾਲਜ ਕਿੱਥੇ ਹੋਏ ਡੀਵੀ ਕਾਲਜ ਹੁਸ਼ਿਆਰਪੁਰ ਹਾਂ ਤੇ ਵੈਸੇ ਮੈਂ ਮਤਲਬ ਟੀਚਰਸ ਦੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਜੀ ਤੇ ਕਿਉਂਕਿ ਮੇਰੇ ਮੰਮੀ ਡੈਡੀ ਟੀਚਰ ਸੀਗੇ ਇਸ ਲਈ ਸਾਨੂੰ ਉਸ ਤਰ੍ਹਾਂ ਦਾ ਮੋਟੀਵੇਸ਼ਨ ਸੀਗਾ ਕਿ ਸਟੇਜ ਤੇ ਮਤਲਬ ਜਾ ਕੇ ਕੁਝ ਕਵਿਤਾ ਬੋਲਣੀ ਹੈ ਹਨਾ ਸਟੇਜ ਦੇ ਉੱਤੇ ਪਰਫਾਰਮ ਕਰਨਾ ਹੈ ਜਿਸ ਤਰ੍ਹਾਂ ਬੱਚੇ ਪਾਰਟਿਸਿਪੇਟ ਕਰਦੇ ਆ ਉਸ ਤਰ੍ਹਾਂ ਮੈਂ ਵੀ ਕਰਦੀ ਹੁੰਦੀ ਸੀ ਮੇਰੇ ਸਾਰੇ ਭੈਣਾਂ ਭਰਾ ਕਰਦੇ ਸੀ ਤੇ ਕਾਲਜ ਜਦੋਂ ਮੈਂ ਐਂਟਰ ਹੋਈ ਤੇ ਉੱਥੇ ਮੈਨੂੰ ਇੱਕ ਇਸ ਤਰ੍ਹਾਂ ਦੇ ਟੀਚਰ ਮਿਲੇ ਡਾਕਟਰ ਜਨਮੇਤ ਜੀ ਜਿਹੜੇ ਪ੍ਰੋਪਰ ਥੀਏਟਰ ਕਰਦੇ ਸੀ ਟ੍ਰੇਨਡ ਵਿਅਕਤੀ ਜਿਨ੍ਹਾਂ ਨੇ ਇੰਡੀਅਨ ਥੀਏਟਰ ਪੰਜਾਬ ਯੂਨੀਵਰਸਿਟੀ ਚ ਇੱਕ ਡਿਪਾਰਟਮੈਂਟ ਹੈ ਇੰਡੀਅਨ ਥੀਏਟਰ ਉੱਥੋਂ ਉੱਥੋਂ ਉਹਨਾਂ ਨੇ ਐਮਏ ਕੀਤੀ ਹੋਈ ਸੀ ਔਰ ਥੀਏਟਰ ਦੇ ਵਿੱਚ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਸੀ ਉਹ ਮੈਨੂੰ ਜਦੋਂ ਪਹਿਲੀ ਵਾਰੀ ਉੱਥੇ ਮਿਲੇ ਮਤਲਬ ਪਹਿਲਾਂ ਤਾਂ ਮੇਰੀ ਹੋਸਟਲ ਤੋਂ ਛੋਟੇ ਛੋਟੇ ਐਕਟੀਵਿਟੀਆਂ ਮੈਂ ਕਰਦੀ ਹੁੰਦੀ ਸੀ ਜਿੱਦਾਂ ਹੋਸਟਲ ਦਾ ਕੋਈ ਫੰਕਸ਼ਨ ਹੈ ਪਾਰਟਿਸਿਪੇਟ ਕੀਤਾ ਤੇ ਗੱਲ ਕਾਲਜ ਤੱਕ ਪਹੁੰਚੀ ਵੀ ਇਹ ਅੱਛੀ ਐਕਟਰ ਹੈ ਕਿਸੇ ਨੇ ਕਹਿ ਦਿੱਤਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਡਾਕਟਰ ਜਨਮੀਤ ਨਾਲ ਕਿਸੇ ਟੀਚਰ ਨੇ ਮਿਲਵਾਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਨਾਟਕ ਕਰਦੇ ਹੋ ਹਰ ਸਾਲ ਕਿ ਵੀ ਇਹ ਵਧੀਆ ਐਕਟਰ ਹੈ ਇੱਕ ਵਾਰੀ ਇਹਦਾ ਵੀ ਆਡੀਸ਼ਨ ਕਰਿਓ ਹਨਾ ਫਿਰ ਉਹਨਾਂ ਨੇ ਆਡੀਸ਼ਨ ਕੀਤੇ ਸੀਗੇ ਤੇ ਮੇਰਾ ਪਹਿਲਾ ਲਾਈਫ ਦਾ ਨਾਟਕ ਸੀਗਾ ਵਨ ਐਕਟ ਪਲੇ ਸੀਗਾ ਯੂਥ ਫੈਸਟੀਵਲ 'ਚ ਜਿੱਦਾਂ ਆਪਾਂ ਪਰਫਾਰਮ ਕਰਦੇ ਆ ਉਹ ਸੀਗਾ ਬਾਹਰ ਪਰਾਇ ਬੈਸਣਾ ਉਹਦੇ ਵਿੱਚ ਮੇਰਾ ਮਦਰ ਦਾ ਕੈਰੈਕਟਰ ਸੀ ਮਤਲਬ ਮੇਰਾ ਪਹਿਲਾ ਨਾਟਕ ਮਦਰ ਮਦਰ ਦਾ ਕੈਰੈਕਟਰ ਤੇ ਉਹਦੇ ਵਾਸਤੇ ਮੈਨੂੰ ਬੈਸਟ ਐਕਟਰ ਮਿਲਿਆ ਸੀਗਾ ਅਵਾਰਡ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਮੇਰੀ ਜਰਨੀ ਫਿਰ ਸਟਾਰਟ ਹੋ ਗਈ ਨਾਟਕ ਦੀ ਫਿਰ ਮੈਂ ਹਰ ਸਾਲ ਹਾਂ ਕਿ theater ਹਰ ਸਾਲ ਪਾਰਟਿਸਪੇਟ ਮੈਂ ਕਰਦੀ ਸੀ ਹਿਸਟੋਨਿਕਸ ਵੀ ਕਰਦੀ ਸੀ ਔਰ ਮੇਰੀ ਹਿਸਟੋਰੀਕਸ ਬੜੀ ਪਪੂਲਰ ਹੁੰਦੀ ਸੀ ਉਦੋਂ ਤੇ ਫਿਰ ਨਾਟਕ ਐਜ਼ ਮਤਲਬ ਇੱਕ ਗਲੈਮਰਸ ਕੈਰੈਕਟਰ ਵੀ ਮੈਂ ਕੀਤੇ ਨਾਟਕ ਵਿੱਚ ਹਾਂਜੀ ਉਸ ਤੋਂ ਬਾਅਦ ਫਿਰ ਥੀਏਟਰ ਦਾ ਮਤਲਬ ਉੱਥੋਂ ਡੀਵੀ ਕਾਲਜ ਹੁਸ਼ਿਆਰਪੁਰ ਤੋਂ ਜਦੋਂ ਮੈਂ ਸਾਰੀ ਆਪਣੀ ਪੜ੍ਹਾਈ ਪੂਰੀ ਹੋ ਗਈ ਫਿਰ ਜਰਮੀਸ਼ਰ ਨੇ ਮੈਨੂੰ ਦੱਸਿਆ ਕਿ ਇੰਡੀਅਨ ਥੀਏਟਰ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਂਜੀ ਤੇ ਮੈਂ ਫਿਰ ਉੱਥੇ ਅਪਲਾਈ ਕੀਤਾ ਉੱਥੇ ਮੇਰਾ ਸਿਲੈਕਸ਼ਨ ਹੋ ਗਿਆ। ਉੱਥੇ ਵੀ ਸਿਲੈਕਸ਼ਨ ਕੋਈ ਸੌਖਾ ਨਹੀਂ ਹੁੰਦਾ ਸੀਗਾ। ਉੱਥੇ ਵੀ ਬਹੁਤ ਸਾਰੇ ਕੈਂਡੀਡੇਟਸ ਆਉਂਦੇ ਹੁੰਦੇ ਉਹਨਾਂ ਵਿੱਚੋਂ ਸਿਲੈਕਟ ਕਰਨਾ ਹੁੰਦਾ। ਔਰ ਉਸੇ ਸਾਲ ਮੈਂ ਬੀਐਡ ਦਾ ਟੈਸਟ ਦਿੱਤਾ ਸੀ। ਬੀਐਡ ਪਹਿਲਾਂ ਇਦਾਂ ਨਹੀਂ ਹੁੰਦੀ ਸੀ ਕਿ ਐਡਮਿਸ਼ਨ ਲੈ ਲਿਆ। ਬੀਐਡ ਵਾਸਤੇ ਵੀ ਤੁਹਾਨੂੰ ਪ੍ਰੋਪਰ ਟੈਸਟ ਦੇਣਾ ਪੈਂਦਾ ਸੀਗਾ। ਐਂਟਰੈਂਸ ਟੈਸਟ। ਐਂਟਰੈਂਸ ਟੈਸਟ ਤੇ ਉਹਦੇ ਵਿੱਚ ਮੇਰੇ ਬਹੁਤ ਚੰਗੇ ਨੰਬਰ ਆਏ ਸੀ। ਜਿਹਦਾ ਅਖਬਾਰ 'ਚ ਫੋਟੋ ਨਹੀਂ ਆ ਜਾਂਦੀ ਜਦ ਜਦ ਵਧੀਆ ਨੰਬਰ ਆਉਂਦੇ ਮੇਰੀ ਮੇਰੀ ਵੀ ਆਈ ਸੀ। ਤੇ ਉਦੋਂ ਫਿਰ ਮੈਨੂੰ ਮੈਂ ਡਿਸਾਈਡ ਕਰਨਾ ਸੀ। ਕਿ ਮੈਂ ਹੁਣ ਬੀਐਡ ਕਰਾਂ ਜਾਂ ਮੈਂ ਇੰਡੀਅਨ تھیਟਰ ਦੀ ਐਮਏ ਕਰਾਂ ਤੇ ਉਸ ਵੇਲੇ ਫਿਰ ਮੈਂ ਸੋਚਿਆ ਮੈਂ ਇਹ ਸੋਚਿਆ ਕਿ ਜੇ ਮੈਂ ਸਭ ਕੁਝ ਕਰ ਕਰਾ ਕੇ ਵੀ ਇਧਰ ਹੀ ਆਉਣਾ تھیਟਰ ਕਰਨਾ ਤਾਂ ਫਿਰ ਮੈਨੂੰ ਲੱਗਦਾ ਕਿ ਮੈਨੂੰ ਇਹ ਚੂਜ਼ ਕਰਨਾ ਚਾਹੀਦਾ ਇਸ ਲਈ ਮੈਂ ਐਮਏ ਚੂਜ਼ ਕੀਤੀ ਸੀ ਫਿਰ ਉਥੋਂ ਐਮਏ ਕੀਤਾ ਮੈਂ ਗੋਲਡ ਮੈਡਲਿਸਟ ਐ ਆਪਣੀ ਪੰਜਾਬ ਯੂਨੀਵਰਸਿਟੀ ਦੀ ਤੇ ਉਸ ਤੋਂ ਬਾਅਦ ਜਦੋਂ ਐਮਏ ਦਾ ਸੈਕੰਡ ইয়ার ਸੀ ਉਦੋਂ ਤੱਕ ਮੈਨੂੰ ਨਹੀਂ ਸੀ ਪਤਾ ਐਨਐਸਡੀ ਕੀ ਹੈ ਮੈਨੂੰ ਬਿਲਕੁਲ ਨਹੀਂ ਸੀ ਪਤਾ ਤੇ ਸਟੂਡੈਂਟਸ ਜਿਹੜੇ ਮੇਰੇ ਬੈਚਮੇਟਸ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਬਈ ਹੁਣ ਤੂੰ ਅੱਗੇ ਕੀ ਕਰੇਂਗੀ ਮੈਂ ਕਿਹਾ ਮੈਂ ਥੀਏਟਰ ਕਰੂੰਗੀ ਤੇ ਉਹ ਕਹਿੰਦੇ ਕਿ ਨਹੀਂ ਤੈਨੂੰ ਐਨਐਸਡੀ ਕਰਨਾ ਚਾਹੀਦਾ ਮੈਂ ਕਿਹਾ ਉਹ ਕੀ ਹੈ ਉਹ ਕਹਿੰਦੇ ਐਨਐਸਡੀ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਹੈ ਹਨਾ ਕੀ ਕਹਿੰਦੇ ਤੂੰ ਅਸੀਂ ਸਾਰਿਆਂ ਨੇ ਅਪਲਾਈ ਕਰਨਾ ਤੂੰ ਵੀ ਕਰ ਦੇ ਕਰ ਲੈ ਮੈਂ ਕਿਹਾ ਵੀ ਨਹੀਂ ਮੈਂ ਕਿਹਾ ساری ਜ਼ਿੰਦਗੀ ਹੁਣ ਥੀਏਟਰ ਸਿੱਖੀ ਥੋੜੀ ਜਾਣਾ ਹਾਂਜੀ ਹੁਣ ਆਪਾਂ ਗਰੁੱਪ ਬਣਾ ਕੇ ਮੈਂ ਥੀਏਟਰ ਕਰੂੰਗੀ ਤੇ ਉਹਨਾਂ ਨੇ ਕਿਹਾ ਦੇਖ ਲੈ ਤੇਰੀ ਮਰਜ਼ੀ ਹੈ ਅਸੀਂ ਤਾਂ ਕਰਨਾ ਸਾਰਿਆਂ ਨੇ ਸਾਨੂੰ ਤਾਂ ਲੱਗਦਾ ਤੈਨੂੰ ਕਰਨਾ ਚਾਹੀਦਾ ਮੈਂ ਕਰ ਦਿੱਤਾ ਅਪਲਾਈ ਮਤਲਬ ਉਹੀ ਮੇਰੇ ਬੈਚਮੇਟਸ ਜਿਹੜੇ ਸੀ ਕੁੜੀਆਂ ਮੁੰਡੇ ਉਹੀ ਮੇਰੇ ਵਾਸਤੇ ਪ੍ਰੋਸਪੈਕਟਸ ਲੈ ਕੇ ਆਏ ਉਹਨਾਂ ਨੇ ਮੇਰਾ ਫਾਰਮ ਭਰਵਾਇਆ ਉਹਨਾਂ ਦੇ ਨਾਲ ਹੀ ਮੈਂ ਦਿੱਲੀ ਗਈ ਹੈਨਾ ਤੇ ਮੈਂ ਟੈਸਟ ਦੇ ਦਿੱਤਾ ਔਰ ਮੈਂ ਉਥੇ ਪਹਿਲੇ ਇੰਟਰਵਿਊ ਚ ਕਲੀਅਰ ਕਰ ਗਈ ਹਾਂਜੀ ਤੇ ਫਿਰ ਉਹ ਤੋਂ ਬਾਅਦ ਫਿਰ 4 ਦਿਨ ਦਾ ਵਰਕਸ਼ਾਪ ਹੁੰਦਾ ਹੈ ਤੇ ਕੁੱਲ ਮਿਲਾ ਕੇ ਇਹ ਹੋਇਆ ਕਿ ਜਿੰਨੇ ਜਣਿਆਂ ਨੇ ਆਪਾਂ ਅਪਲਾਈ ਕੀਤਾ ਸੀਗਾ ਉਹਨਾਂ ਵਿੱਚੋਂ ਮੇਰਾ ਸਿਲੈਕਸ਼ਨ ਹੋ ਗਿਆ। ਬਾਕੀਆਂ ਦਾ ਨਹੀਂ ਹੋਇਆ। ਉਹ ਕਹਿੰਦੇ ਅੱਗੇ ਤੋਂ ਇਹਨੂੰ ਨਾਲ ਲੈ ਕੇ ਨਹੀਂ ਜਾਣਨਾ। ਮਤਲਬ ਹਾਂ ਉਹ ਮਜ਼ਾਕ ਹੀ ਕਰਦੇ ਸੀਗੇ ਬਹੁਤ ਅੱਛੇ ਸੀ ਸਾਰੇ ਜਿਨ੍ਹਾਂ ਨੇ ਮੈਨੂੰ ਦੇਖੋ ਨਹੀਂ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੀ ਹੈ। ਹਾਂਜੀ ਉਹਨਾਂ ਨੇ ਮੈਨੂੰ ਮਤਲਬ ਮੋਟੀਵੇਟ ਕੀਤਾ। ਤੇ बस ਮੇਰਾ ਐਨਐਸਡੀ ਚ ਸਿਲੈਕਸ਼ਨ ਹੋਇਆ ਐਨਐਸਡੀ 3 ਸਾਲ ਕਰਨ ਤੋਂ ਬਾਅਦ ਮੇਰਾ ਐਨਐਸਡੀ ਰੈਪਟਰੀ ਕੰਪਨੀ ਚ ਸਿਲੈਕਸ਼ਨ ਹੋ ਗਿਆ ਉੱਥੇ ਵੀ ਕੋਈ ਸੌਖਾ ਨਹੀਂ ਹੁੰਦਾ ਸਿਲੈਕਸ਼ਨ ਉੱਥੇ ਵੀ ਮਤਲਬ ਜਿੱਦਾਂ ਜਿੰਨੀਆਂ ਸੀਟਾਂ ਉਸ ਸਾਲ ਖਾਲੀ ਹੋਈਆਂ ਮੇਰੀ ਵਾਰੀ ਦੋ ਸੀਟਾਂ ਖਾਲੀ ਹੋਈਆਂ ਸੀ ਤੇ ਅਪਲਾਈ ਤਾਂ ਸਾਰੇ ਮਤਲਬ ਬਹੁਤ ਲੋਕਾਂ ਨੇ ਅਪਲਾਈ ਕੀਤਾ ਹੁੰਦਾ ਆ ਐਨਐਸਡੀ ਪਾਸ ਆਊਟਸ ਨੇ ਵੀ ਹਾਂਜੀ ਬਾਹਰੋਂ ਵੀ ਜਿੰਨੇ ਇੰਸਟੀਟਿਊਟਸ ਐ ਉੱਥੋਂ ਦੇ ਸਟੂਡੈਂਟਸ ਨੇ ਔਰ ਉਹ ਉਦਾਂ ਵੀ ਸਾਰੇ ਸਾਰੇ ਲਈ ਓਪਨ ਹੁੰਦਾ ਉਹ ਸੀਟਾਂ ਦੋ ਸੀਗੀਆਂ ਜੀ ਤੇ ਫਿਰ ਮੇਰੇ ਬੈਚ ਚੋਂ ਮੇਰਾ ਸਿਲੈਕਸ਼ਨ ਹੋ ਗਿਆ ਸੀਗਾ ਇੱਕ ਲੜਕਾ ਬਾਹਰ ਦਾ ਸੀਗਾ ਹਬੀਬ ਤਨਵੀਰ ਜੀ ਦੇ ਗਰੁੱਪ ਦਾ ਸੀ ਸ਼ਾਇਦ ਇਹ ਉਹਦਾ ਸਿਲੈਕਸ਼ਨ ਹੋਇਆ ਸੀ ਤੇ ਫਿਰ ਮੇਰਾ ਐਨਐਸਡੀ 6 ਸਾਲ ਮੈਕਸਿਮਮ ਅਸੀਂ ਕਰ ਸਕਦੇ ਆ ਉਹਦੇ ਸਾਨੂੰ ਸੈਲਰੀ ਮਿਲਦੀ ਸੀ ਮੈਂ ਉੱਥੇ ਕੰਮ ਕੀਤਾ ਐਜ਼ ਏ ਗ੍ਰੇਡ ਆਰਟਿਸਟ 6 ਸਾਲ ਤੇ 6 ਸਾਲ ਤੋਂ ਜ਼ਿਆਦਾ ਨਹੀਂ ਕਰ ਸਕਦੇ 6 ਸਾਲਾ ਛੱਡਣਾ ਪੈਣਾ ਹਾਂ ਛੱਡਣਾ ਪੈਣਾ ਤੇ 6 ਸਾਲ ਮੈਂ ਉੱਥੇ ਕੰਮ ਕੀਤਾ ਫਿਰ ਰੈਪਟਰੀ ਚ ਜਦੋਂ ਮੈਂ ਸੀਗੀ ਉਦੋਂ ਹੀ ਮੇਰੀ ਮੈਰਿਜ ਹੋਈ ਤੇ ਮੇਰੇ ਹਸਬੰਦ ਵੀ ਇਸੇ profession ਚ ਨੇ ਤੇ ਉਸ ਤੋਂ ਬਾਅਦ ਅਸੀਂ ਫਿਰ ਹਿਸਾਰ ਮੇਰਾ ਸਸਰਾਹਲ ਵਾਲਾ ਜਿਹੜਾ ਘਰ ਹੈ ਉਹ ਹਿਸਾਰ ਹੈ ਜਹਗੇ ਉਹ ਬੇਸਿਕਲੀ ਜਲੰਧਾ ਡਿਸਟ੍ਰਿਕਟ ਦੇ ਜੀ ਜੀ ਤੇ ਉੱਥੇ ਫਿਰ ਅਸੀਂ ਆਪਣਾ ਗਰੁੱਪ ਬਣਾਇਆ ਟੇਕ 1 ਗਰੁੱਪ ਆਫ ਥੀਏਟਰ ਉੱਥੇ ਫਿਰ ਥੀਏਟਰ ਕਰਨ ਲੱਗੇ ਫਿਰ ਮੈਨੂੰ ਪ੍ਰਸੰਨਾ ਜੀ ਨੇ ਮੇਰੇ ਉਹ ਵੀ ਮਤਲਬ ਟੀਚਰ ਨੇ ਐਨਐਸਡੀ ਦੇ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਬਲਜਿੰਦਰ ਬੱਚਿਆਂ ਨਾਲ ਥੀਏਟਰ ਜ਼ਰੂਰ ਕਰਨਾ ਫਿਰ ਮੈਂ ਨੋ 9.5 ਸਾਲ ਬੱਚਿਆਂ ਨਾਲ ਥੀਏਟਰ ਕੀਤਾ ਉਥੇ ਇੱਕ ਸਕੂਲ ਸੀਗਾ हिसार ਚ ਹੋਲੀ ਐਂਜਲ ਸਕੂਲ ਉ ਉਥੇ ਮੈਂ ਫਰਸਟ ਕਲਾਸ ਤੋਂ ਲੈ ਕੇ 12ਵੇਂ ਤੱਕ ਦੇ ਬੱਚਿਆਂ ਦੀ ਮੈਂ ਕਲਾਸ ਕਰਦੀ ਸੀ ਡਰਾਮੈਟਿਕਸ ਦੀ ਔਰ ਕੰਪਲਸਰੀ ਸੀਗਾ ਬੱਚਿਆਂ ਦੇ ਮਤਲਬ ਬਹੁਤ ਵਧੀਆ ਮੈਨੂੰ ਲੱਗਿਆ ਕਿ ਇੱਕ ਸਕੂਲ ਇਸ ਤਰ੍ਹਾਂ ਕਲਾਸ ਕਰਵਾ ਰਿਹਾ ਉਹ ਥੀਏਟਰ ਜਿਹੜਾ ਆ ਜੋ ਡਰਾਮਾ ਆ ਥੀਏਟਰ ਹੈ ਉਹ ਸਿਰਫ ਇਹ ਨਹੀਂ ਹੈ ਕਿ ਅਸੀਂ ਥੀਏਟਰ ਤੇ ਪਰਫਾਰਮ ਕਰਨਾ ਸਿੱਖਦੇ ਆ ਮਤਲਬ ਉਹ ਪਰਸਨੈਲਿਟੀ ਡਵੈਲਪਮੈਂਟ ਲਈ ਬਹੁਤ ਵਧੀਆ ਚੀਜ਼ ਹੈ ਥੀਏਟਰ ਬਹੁਤ ਸਾਰੇ ਬੱਚਿਆਂ ਦੇ ਜਿੱਦਾਂ ਜ਼ੁਬਾਨ 'ਚ ਥੋੜਾ ਜਿਹਾ ਪ੍ਰੋਬਲਮ ਆ ਨਾ ਪ੍ਰੋਬਲਮ ਹੁੰਦੀ ਹੈ ਉਹ ਠੀਕ ਹੁੰਦੀ ਦੇਖੀ ਮੈਂ ਬੱਚਿਆਂ ਦੀ ਮਤਲਬ ਪੇਰੈਂਟਸ ਇਨ ਥੈਂਕਫੁਲ ਹੁੰਦੇ ਸੀਗੇ ਕਿ ਸਾਡਾ ਬੱਚਾ ਹੁਣ ਠੀਕ ਹੋ ਗਿਆ ਮੈਂ ਮੈਂ ਕੀ ਕਰਦੀ ਸੀ ਜਿਸ ਬੱਚੇ ਦੇ ਮੈਨੂੰ ਲੱਗਦਾ ਸੀ ਜਰਾ ਪ੍ਰੋਬਲਮ ਹੈ ਮੈਂ ਉਹਨੂੰ ਮੇਜਰ ਕੈਰੈਕਟਰ ਦੇ ਦਿੰਦੀ ਸੀ ਔਰ ਕੱਦੀ ਐ ਨਹੀਂ ਹੋਇਆ ਕਿ ਬੱਚੇ ਨੇ ਸਟੇਜ ਦੇ ਉੱਤੇ ਕੋਈ ਉਹ ਕੀਤਾ ਹੋਵੇ ਫੱਬਰ ਕੀਤਾ ਹੋਵੇ ਤੇ ਮਤਲਬ ਇਹ ਚਮਤਕਾਰ ਵਾਂਗੂ ਕਹਿ ਸਕਦੇ ਥੀਏਟਰ ਤੁਹਾਡੇ ਉਹ ਇੰਨਾ ਕੌਨਫੀਡੈਂਸ ਆਉਂਦਾ ਬੱਚਿਆਂ ਦੇ ਵਿੱਚ ਬੱਚੇ ਬਹੁਤ ਕੌਨਫੀਡੈਂਟ ਹੋ ਜਾਂਦੇ ਜਿਹੜਾ ਬੱਚਾ ਪਿੱਛੇ ਛੁਪਿਆ ਛੁਪਿਆ ਰਹਿੰਦਾ ਸੀ ਕਲਾਸ ਵਿੱਚ ਉਹ ਐ ਸਿੱਧੇ ਹੋ ਕੇ ਬੈਠਣ ਲੱਗ ਜਾਂਦੇ ਆ ਤੇ ਮੈਨੂੰ ਲੱਗਦਾ ਹੈ ਕਿ ਪਰਸਨੈਲਿਟੀ ਡਵੈਲਪਮੈਂਟ ਲਈ ਇਹ ਬਹੁਤ ਵਧੀਆ ਹੈ ਥੀਏਟਰ ਦੀ ਕਲਾਸ ਕਰਨੀ ਚਾਹੀਦੀ ਸਾਰੇ ਸਕੂਲਾਂ ਵਿੱਚ ਜ਼ਰੂਰੀ ਹੋਣਾ ਚਾਹੀਦਾ ਮੈਨੂੰ ਇਦਾਂ ਲੱਗਦਾ ਫਿਰ ਮੈਂ ਉਹ ਕਰ ਹੀ ਰਹੀ ਸੀ ਜਦੋਂ ਮੈਨੂੰ ਪਹਿਲੀ ਫਿਲਮ ਮਿਲੀ ਸ਼ਾਹਿਦ ਸ਼ਾਹਿਦ ਤੇ ਮਤਲਬ ਰੱਬ ਦੀ ਮਿਹਰ ਸੀ ਮੇਰੇ ਉੱਤੇ ਕੋਈ ਕਿ ਮੇਰੀ ਪਹਿਲੀ ਗੱਲ ਤਾਂ ਮੈਨੂੰ ਉਹ ਫਿਲਮ ਮਿਲੀ ਹਾਂਜੀ ਔਰ ਪਹਿਲੀ ਫਿਲਮ ਵਾਸਤੇ ਮੇਰਾ ਨੋਮੀਨੇਸ਼ਨ ਸੀ ਨੈਸ਼ਨਲ ਅਵਾਰਡ ਵਾਸਤੇ ਹਾਂ ਪਹਿਲੀ ਵਾਰ ਮੈਂ ਪਹਿਲੀ ਵਾਰ ਕੈਮਰਾ ਫੇਸ ਕੀਤਾ ਜੀ ਤੇ ਉਸ ਸਾਲ ਰਾਜਕੁਮਾਰ ਦਾ ਸੀ ਆਪਣੀ ਕੈਟਾਗਰੀ ਚ ਹੀਰੋ ਵਾਲੀ ਕੈਟਾਗਰੀ ਚ ਨਾਮਿਨੇਸ਼ਨ ਹੰਸਲ ਜੀ ਦਾ ਡਾਇਰੈਕਟਰ ਵਾਲੀ ਕੈਟਾਗਰੀ ਚ ਤੇ ਹੰਸਲ ਜੀ ਨੂੰ ਵੀ ਮਿਲਿਆ ਨੈਸ਼ਨਲ ਅਵਾਰਡ ਰਾਜਕੁਮਾਰ ਨੂੰ ਵੀ ਮਿਲਿਆ ਨੈਸ਼ਨਲ ਅਵਾਰਡ ਮੈਨੂੰ ਨਹੀਂ ਮਿਲਿਆ ਤੇ ਉਹਨਾਂ ਨੂੰ ਦੋਖਾ ਮਤਲਬ ਕਹਿੰਦੇ ਕਿ ਇਹ ਡਿਸਰਵ ਕਰਦੀ ਸੀ ਇਹਨੂੰ ਮਿਲਣਾ ਚਾਹੀਦਾ ਸੀ ਹਨਾ ਤੇ ਮੈਂ ਉਦੋਂ ਇੰਨਾ ਸੋਚਦੀ ਨਹੀਂ ਸੀ ਹੁੰਦੀ ਕਿ ਮੈਨੂੰ ਲੱਗਾ ਕਿ ਮੈਂ ਫਿਲਮ ਵੀ ਕੀਤੀ ਆ ਐਡੀ ਵੱਡੀ ਨਾ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਕਿ ਵੀ ਸਿੱਧਾ ਬਾਲੀਵੁੱਡ ਫਿਲਮ ਕਰਨਾ ਹੈ ਨਾ ਮੇਰੇ ਲਈ ਤਾਂ ਉਹ ਵੀ ਬਹੁਤ ਵੱਡੀ ਗੱਲ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਮੇਰਾ ਨਾਮਿਨੇਸ਼ਨ ਹੈ ਤੇ ਫਿਰ ਮੈਂ ਦੂਸਰੀ ਫਿਲਮ ਕੀਤੀ ਪਗੜੀ ਦਾ ਹੋਂਦ ਠੀਕ ਹੈ ਉਹ ਸੀਗੀ ਬਾਲੀਵੁੱਡ ਪਾਟਲੀ ਹਰਿਆਣਵੀ ਠੀਕ ਹੈ ਉਹਦੇ ਵਿੱਚ ਹਰਿਆਣਵੀ ਕਲਚਰ ਸੀਗਾ ਐਕਸੈਂਟ ਸੀਗਾ ਉਹਦੇ ਵਾਸਤੇ ਫਿਰ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਮਤਲਬ ਮੇਰੀ ਦੂਸਰੀ ਫਿਲਮ ਵਾਸਤੇ ਤੇ ਪਹਿਲਾਂ ਜੀ ਨਾਮਿਨੇਟ ਦੂਸਰੀ ਜੀ ਮਿਲਿਆ हां मिल गया ਤੇ ਉਹ ਮੇਰੀ ਫਿਰ ਸ਼ਾਹੀਦ ਵਾਲੀ ਟੀਮ ਬਹੁਤ ਖੁਸ਼ ਹੋਈ ਜੀ ਕਹਿੰਦੇ ਕਿ ਇਹਨੂੰ ਪਿਛਲੇ ਸਾਲ ਹੀ ਮਿਲ ਜਾਣਾ ਚਾਹੀਦਾ ਸੀ ਤੇ ਮੈਂ ਬੜੀ ਲੱਕੀ ਰਹੀ ਹਾਂ ਇਸ ਤਰ੍ਹਾਂ ਜੇ ਦੇਖਿਆ ਜਾਵੇ ਕਿ ਨਹੀਂ ਤਾਂ ਨੈਸ਼ਨਲ ਅਵਾਰਡ ਤਾਂ ਇੰਡੀਆ ਦਾ ਸਭ ਤੋਂ ਵੱਡਾ ਵੱਡਾ ਅਵਾਰਡ ਠੀਕ ਹੈ ਅਸਲੀ ਅਵਾਰਡ ਤੇ ਮਤਲਬ ਕਈ ਵਾਰੀ ਜ਼ਿੰਦਗੀ गुਜ਼ਰ ਜਾਂਦੀ ਹੈ ਨਹੀਂ ਮਿਲਦਾ ਬਿਲਕੁਲ ਬਿਲਕੁਲ ਹੈ ਨਾ ਲੇਕਿਨ ਮੈਨੂੰ ਮਿਲ ਗਿਆ ਛੱਤੀ ਤਾਂ ਮੈਨੂੰ ਲੱਗਦਾ ਮੈਂ ਬਹੁਤ ਲੱਕੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਨੂੰ ਫਿਲਮਾਂ ਦਾ ਸਿਲਸਲਾ ਸ਼ੁਰੂ ਹੋਇਆ ਹਨਾ ਕੁਝ ਬਾਲੀਵੁੱਡ ਫਿਲਮਾਂ ਕੀਤੀਆਂ ਤੇ ਪੰਜਾਬੀ ਫਿਲਮਾਂ ਦੇ ਵਿੱਚ ਮੇਰੀ ਐਂਟਰੀ ਉਸ ਸ਼ਾਹਿਦ ਫਿਲਮ ਤੋਂ ਹੋਈ ਹੈ ਸ਼ਾਹਿਦ ਤੋਂ ਔਰ ਇੱਕ ਮੈਂ ਰਾਜਕੁਮਾਰਾ ਹੀਰਾਨੀ ਜੀ ਦਾ ਪ੍ਰੋਡਕਸ਼ਨ ਸੀ 사ਲਾ ਖਡੂਸ 사ਲਾ ਪ੍ਰੋਡਕਸ਼ਨ ਹਾਂ ਉਹਦੇ ਵਿੱਚ ਮੈਂ ਹੀਰੋਇਨ ਦੀ ਮਦਦ ਦਾ ਕੈਰੈਕਟਰ ਕੀਤਾ ਸੀਗਾ ਤੇ ਉੱਥੋਂ ਮੇਰੀ ਮਤਲਬ ਫਿਲਮਾਂ ਵਿੱਚ ਐਂਟਰੀ ਹੋਈ ਪੰਜਾਬੀ ਵਿੱਚ ਇੱਥੇ ਜਿੱਦਾਂ ਸੱਜਨ ਸਿੰਘ ਰੰਗਰੂਟ ਫਿਲਮ ਬਣ ਰਹੀ ਸੀ ਦਿਲਜੀਤ ਦੋਸਾਂਝ ਦੀ ਮਦਰ ਦਾ ਕੈਰੈਕਟਰ ਐ ਲੈਓ ਲਬਰੇਸੀ ਦੇ ਤੇ ਜੋਤਿਕਾ ਬੜੇ ਹਾਲ ਦਮੈਨੂੰ ਕਾਲ ਆਇਆ ਸੀ ਉਹਨੇ ਮੇਰੀ ਸ਼ਾਹੀਦ ਫਿਲਮ ਦੇਖੀ ਹੋਈ ਸੀ ਜੀ ਤੇ ਉਹਨਾਂ ਨੇ ਮਤਲਬ ਮੇਰਾ ਨਾਮ ਰਿਕਮੈਂਡ ਕੀਤਾ ਤੇ ਫਿਰ ਪੰਕਜ ਪਤਰਾਜੀ ਨਾਲ ਮੀਟਿੰਗ ਹੋਈ ਸੀ ਤੇ ਮੈਨੂੰ ਮੇਰਾ ਸਿਲੈਕਸ਼ਨ ਹੋ ਗਿਆ ਸੀ ਤੇ ਮੇਰੀ ਪਹਿਲੀ ਪੰਜਾਬੀ ਫਿਲਮ ਮੈਂ ਸਰਜਨ ਸਿੰਘ ਰਗਰੂ ਜਿਹਦੇ ਵਿੱਚ ਮੈਂ ਦਿਲਜੀਤ ਦੋਸਾਂਝ ਜੀ ਦੀ ਮਾਦਾ ਦਾ ਕੈਰੈਕਟਰ ਕੀਤਾ ਸੀਗਾ ਹਾਂ ਤੇ ਜਦੋਂ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਬੀਸੀ ਸਭ ਨੂੰ ਪਤਾ ਲੱਗਿਆ ਕਿ ਜਿੱਥੋਂ ਮੈਂ ਪੜੀ ਆ ਹਾਂ ਜੀ ਵੀ ਸਾਡੇ ਸਟੂਡੈਂਟ ਨੂੰ ਨੈਸ਼ਨਲ ਅਵਾਰਡ ਮਿਲਿਆ ਤੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਬੁਲਾ ਕੇ ਇੱਕ ਦਿਨ ਫਿਰ ਉੱਥੇ ਹੀ ਗੱਲਬਾਤ ਜਦੋਂ ਹੋਈ ਉਹ ਕਹਿੰਦੇ ਵੀ ਜਿੱਥੋਂ ਪੜ੍ਹੇਓ ਉੱਥੇ ਪੜਾਓ ਅੱਛਾ ਫਿਰ ਮੈਂ 1 ਸਾਲ ਉੱਥੇ ਪੜਾਇਆ ਟੀਚਿੰਗ ਵੀ ਟੀਚਿੰਗ ਕੀਤੀ 2 ਸਾਲ ਮੈਂ ਐਲਪੀਯੂ ਵਿੱਚ ਪ੍ਰੋਫੈਸਰ ਵੀ ਰਹੀ ਆ ਜੀ ਹੈਨਾ ਫਿਰ ਫਿਲਮਾਂ ਦਾ ਕੰਮ ਵੱਧ ਗਿਆ ਫਿਰ ਮੈਂ ਰਿਜ਼ਾਈਨ ਕਰ ਦਿੱਤਾ ਸੀ ਜੀ ਹਾਂਜੀ ਤੇ ਫਿਰ ਮ ਫਿਲ ਫਿਲਮਾਂ ਦਾ ਇਹ ਦੇ ਸਿਲਸਿਲਾ ਚੱਲਦਾ ਰਿਹਾ ਫਿਰ ਮੈਂ ਮੁਹਾਲੀ ਸ਼ਿਫਟ ਕਰ ਗਈ ਹਾਂਜੀ ਹਾਂ ਪਹਿਲਾਂ ਮੈਂ ਐਲਪੀਓਚਰਸ ਉੱਥੇ ਮਿਲਿਆ ਹੋਇਆ ਸੀ ਫਲੈਟ ਉੱਥੇ ਸੀਗੇ ਆਪਾਂ ਤੇ ਜਿੱਦਾਂ ਹੀ ਮੈਂ ਰਿਜ਼ਾਈਨ ਕੀਤਾ ਫਿਰ ਇਧਰ ਸ਼ਿਫਟ ਕੀਤਾ ਮੁਹਾਲੀ ਤੇ ਉਸ ਵੇਲੇ ਇਦਾਂ ਸੀਗਾ ਵੀ ਪਤਾ ਨਹੀਂ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ ਹਨਾ ਕਿਦਾਂ ਕਿਉਂਕਿ ਮੈਨੂੰ ਕੋਈ ਨਹੀਂ ਸੀ ਜਾਣਦਾ ਜੀ ਪੰਜਾਬੀ ਇੰਡਸਟਰੀ ਚ ਮੈਨੂੰ ਕੋਈ ਨਹੀਂ ਸੀ ਜਾਣਦਾ ਕਿ ਜਿਹੜਾ ਮੈਂ ਇਹ ਸੋਚ ਸਕਦੀ ਕਿ ਕੋਈ ਮੈਨੂੰ ਕੰਮ ਦਿਲਵਾ ਦੇਗਾ ਜਾਂ ਮੇਰਾ ਨਾਮ ਰეკਮੈਂਡ ਕਰ ਦੇਗਾ ਜੀ ਜੀ ਹਨਾ ਤੇ ਮੈਂ ਉਦੋਂ ਤੱਕ ਸਰਜਨ ਸਿੰਘ ਰੰਗਰੂਟ ਕਿਸਮਤ ਵਨ ਜਿਹੜੀ ਆਈ ਸੀ ਹਾਂਜੀ ਤੇ ਕਿਸਮਤ ਤੇ ਸੁਰਖੀ ਬਿੰਦੀ ਹਾਂਜੀ ਆ ਫਿਲਮਾਂ ਕੀਤੀਆਂ ਸੀ ਸੁਰਖੀ ਬਿੰਦੀ ਚੱਲ ਰਹੀ ਸੀ ਜਦੋਂ ਮੈਂ ਇੱਥੇ ਸ਼ਿਫਟ ਕੀਤਾ ਮੈਂ ਸ਼ਿਫਟ ਕੀਤਾ ਸ਼ਿਫਟ ਕੀਤਾ ਤੇ ਲੇਕਿਨ ਰੱਬ ਦੀ ਮਿਹਰ ਇਦਾਂ ਹੋਈ ਕਿ ਮਤਲਬ ਮੈਨੂੰ ਲਗਾਤਾਰ ਮੇਰੇ ਕੰਮ ਤੋਂ ਕੰਮ ਮਿਲਦਾ ਕੰਮ ਤੋਂ ਕੰਮ ਮਿਲਦਾ ਆ ਤੇ ਜਦੋਂ ਤੁਸੀਂ ਥੀਏਟਰ ਕਰ ਰਹੇ ਸੀਗੇ ਯੂਨੀਵਰਸਿਟੀ ਦੇ ਵਿੱਚ ਹਾਂ ਕਿਹੜੇ-ਕਿਹੜੇ ਤੁਹਾਡੇ ਸਾਥੀ ਸੀਗੇ ਜਿਹੜੇ ਇੰਡਸਟਰੀ ਵਿੱਚ ਨੇ ਸਟ ਇੰਡਸਟਰੀ ਵਿੱਚ ਜਿਹੜੇ ਨੇ ਇੰਡੀਅਨ ਥੀਏਟਰ ਵਾਲੇ ਮੇਰੇ ਬੈਚਮੇਟਸ ਸੀਗੇ ਇੱਕ ਵਿਵੇਕ ਸੋਬਦ ਅਵਨੇਸ਼ ਸ਼ਰਮਾ ਰਜਿੰਦਰ ਨਾਨੂ ਔਰ ਤਰਮਿੰਦਰ ਔਰ ਕੌਣ ਸੀ ਲੜਕੀਆਂ ਸੀ ਸਾਧਨਾ आशस सकलानी जसपाल कौर हैन नो स्टूडेंट्स ਸੀਗੇ ਆਪਾਂ ਆਪਣੇ ਬੈਚ ਵਿੱਚ ਵਿੱਚ ਤੇ ਇਹ ਲੋਕ ਮੇਰੇ ਬੈਚ ਵਿੱਚ ਸੀ ਐਨਐਸਜੀ ਤੁਸੀਂ ਜਦੋਂ ਗਏ ਐਨਐਸਜੀ ਪੰਜਾਬ ਦੇ ਵਿੱਚ ਦੇਖਿਆ ਜਾਂਦੇ ਤਾਂ ਬਹੁਤ ਘੱਟ ਆਰਟਿਸਟ ਜਾਂਦੇ ਨੇ ਹਾਂ ਪਤਾ ਹੀ ਨਹੀਂ ਹੁੰਦਾ ਕਈਆਂ ਨੂੰ ਦਾ ਕਈਆਂ ਨੂੰ ਪਤਾ ਨਹੀਂ ਹੁੰਦਾ ਔਰ ਸਿਲੈਕਸ਼ਨ ਵੀ ਉੱਥੇ ਬੜੀ ਔਖੀ ਹੈ ਮਤਲਬ ਕਿਉਂਕਿ 올ਓਵਰ ਇੰਡੀਆ ਦੇ ਵਿੱਚ ਐਡ ਜਾਂਦੀ ਹੈ ਸਟੂਡੈਂਟਸ ਅਪਲਾਈ ਕਰਦੇ ਆ ਉਥੇ ਇਹ ਵੀ ਹੁੰਦਾ ਕਿ ਗ੍ਰੈਜੂਏਸ਼ਨ ਮਸਟ ਹੈ ਫਿਰ ਏਜ ਲਿਮਿਟ ਵੀ ਉਦੋਂ ਸੀਗੀ ਕਿ 28 ਸਾਲ ਤੋਂ ਪਹਿਲਾਂ ਪਹਿਲਾਂ ਹੀ ਕਰ ਸਕਦੇ ਆ ਅਪਲਾਈ ਹੈ ਨਾ ਹਾਂ ਕਈ ਸਟੂਡੈਂਟਸ ਐਸੇ ਹੁੰਦੇ ਆ ਅੱਠ ਅੱਠ ਵਾਰੀ ਅਪਲਾਈ ਅੱਠ ਅੱਠ ਚਾਂਸ ਸ਼ਾਇਦ ਹੁੰਦੇ ਸੀ ਉਦੋਂ ਜੀ ਵੀ ਕਈਆਂ ਦਾ 8ਵਾਂ ਸਾਲ ਹੋਇਆ ਸਿਲੈਕਸ਼ਨ ਤੇ ਮਤਲਬ ਇੰਨਾ ਕ੍ਰੇਜ਼ੀ ਹੈਗੇ ਆ ਲੋਕ ਐਨਐਸਡੀ ਵਾਸਤੇ ਕਿ ਐਨਐਸਡੀ ਬਹੁਤ ਵੜਾ ਨਾਮ ਹੈ ਇੰਸਟੀਚਿਊਟ ਦੇ ਦਿੱਗਜ ਜਿਨ੍ਹਾਂ ਦਾ ਨਾਮ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਸੀ ਵਿਦੇਸ਼ਾਂ ਤੋਂ ਵੀ ਡਾਇਰੈਕਟਰ ਆਉਂਦੇ ਸੀ ਸਾਡੇ ਨਾਲ ਕੰਮ ਕਰਦੇ ਕੰਮ ਕਰਨ ਹਨ ਵੀ ਜਿੱਦਾਂ ਸਾਨੂੰ ਨਾਟਕ ਤਿਆਰ ਕਰਵਾਉਂਦੇ ਸੀ ਹਨਾ ਫਿਰ ਅਸੀਂ ਮਤਲਬ ਜਦੋਂ ਐਨਐਸਡੀ ਰੈਪਟਰੀ ਸੀ ਉਦੋਂ ਵੀ ਬਹੁਤ ਮਤਲਬ ਦਿੱਗਜ ਆਉਂਦੇ ਆ ਪਲੇ ਤਿਆਰ ਕਰਨ ਤੇ ਅਸੀਂ ਵਿਦੇਸ਼ਾਂ ਦੇ ਟੂਰ ਵੀ ਕਰਦੇ ਆ ਆਲ ਓਵਰ ਇੰਡੀਆ ਤਾਂ ਕਰਦੇ ਹੀ ਕਰਦੇ ਆ ਹਨਾ ਤੇ ਦੇਸ਼ ਜਵੀ ਕਰਦੇ ਆ ਤੁਹਾਡੇ ਟੀਚਰ ਕੌਣ-ਕੌਣ ਸੀ ਐਨਐਸਡੀ ਵਿੱਚ ਉਸ ਟਾਈਮ ਤੇ ਐਨਐਸਡੀ ਵਿੱਚ ਰਾਮਕੋਪਾਲ ਬਜਾਜ ਜੀ ਜੀ ਜਿਹੜੇ ਉਦੋਂ ਡਾਇਰੈਕਟਰ ਸੀਗੇ ਹਨਾ ਉਹ ਉਹ ਕਲਾਸ ਕਰਦੇ ਸੀ ਸਾਡੇ ਨਾਲ ਅੰਕੁਰ ਜੀ ਕਰਦੇ ਸੀਗੇ ਮੋਹਨ ਮਹਾਦੇਸ਼ੀ ਸਰ ਆਉਂਦੇ ਸੀ ਕਲਾਸਿਸ ਕਰਨਾ ਫਿਰ ਪਸੰਨਾ ਜੀ ਜੀ ਬੰਗਲੌਰ ਵਾਲੇ ਕਰਨਾਟਕਾ ਵਾਲੇ ਤੇ ਭਾਨੂ ਭਾਰਤੀ ਜੀ ਬੰਸੀ ਕੋਲ ਜੀ ਅ ਅਨੁਰਾਧਾ ਕਪੂਰ ਤ੍ਰਿਪੁਰਾਰੀ ਸ਼ਰਮਾ ਦਿਨੇਸ਼ ਖੰਨਾ ਔਰ ਕਿਹੜੇ ਨਾਮ ਮੈਂ ਨਹੀਂ ਲੈ ਬਹੁਤ ਮਤਲਬ ਜਿੰਨੇ ਨਾਮ ਅਸੀਂ ਕਿਤਾਬਾਂ ਚ ਪੜਦੇ ਆ ਉਹਨਾਂ ਸਾਰੇ ਨਸੀਰਉਦੀਨ ਸ਼ਾਹ ਜੀ ਸਾਡੇ ਨਾਲ ਮਤਲਬ ਸਾਲ ਵਿੱਚ ਇੱਕ ਦੋ ਵਾਰੀ ਆਉਂਦੇ ਸੀਗੇ ਕਲਾਸ ਕਰਨ ਕਲਾਸ ਕਰਨਾ ਕਦੀ ਕਦੀ ਸ਼ਾਹੇਦ ਕਪੂਰ ਵੀ ਸਬਦ ਨਾਲ ਆਉਂਦਾ ਹੁੰਦਾ ਸੀ ਹਾਂ ਤੇ ਐਕਟਰਸ ਕਿਹੜੇ ਜਿਹੜੇ ਤੁਹਾਨੂੰ ਉੱਥੇ ਮਿਲੇ ਜਦੋਂ ਤੁਹਾਡੀ ਕਲਾਸ ਚੱਲਦੀ ਸੀ ਬਾਲੀਵੁੱਡ ਐਕਟਰਸ ਜਾਂ ਆਪਣੇ ਪੰਜਾਬ ਨੂੰ ਸੀਗੀ ਹੁਣ ਜਦੋਂ ਮੈਂ ਫਸਟ ਇਅਰ ਚ ਸੀਗੀ ਤੇ ਜਿਹੜੇ ਰਾਜਪਾਲ যাদਬ ਹੈ ਹਾਂਜੀ ਉਹ ਥਰਡ ਇਅਰ ਚ ਸੀਗੇ ਉਸ ਟਾਈਮ ਹਾਂ ਉਦੋਂ ਉਹ ਥਰਡ ਇਅਰ ਚ ਸੀਗੇ ਔਰ ਚੇਤਨ ਪੰਡਿਤ ਥਰਡ ਇਅਰ ਚ ਸੀਗੇ ਹੁਣ ਮਤਲਬ ਇਹ ਹੈਗੇ ਪਪੂਲਰ ਚਿਹਰੇ ਆ ਹੋਰ ਉਹਨਾਂ ਵਿੱਚੋਂ ਦਵਿੰਦੂ ਭਟਾਚਾਰੀਆ ਉਹ ਵੀ ਥਰਡ ਇਅਰ ਚ ਸੀਗੇ ਹੈਨਾ ਇੱਕ ਸੋਨੂ ਸੀ ਰਿਸ਼ੀਕੇਸ਼ ਸੀ ਬਹੁਤ سارے ਨਾਮ ਮੇਘਨਾ ਏ ਵੀ 3rd ਇਅਰ ਚ ਸੀ ਜਿਹੜੇ ਉਹ ਸੀਰੀਅਲ ਨਹੀਂ ਹੁੰਦਾ ਸੀ ਲਾਡੋ ਉਹ ਹਿੰਦੀ ਸੀਰੀਅਲ ਸੀਗਾ ਉਹਦੇ ਵਿੱਚ ਮੁੰਡਾ ਲਾਡੂ ਸੰਖੇਪ ਨਾਮ ਸੀ ਆ ਉਹ ਵੀ ਮੇਰੇ ਸੀਨੀਅਰ ਸੀ ਜੈਸੀ ਸੀ ਮੇਰੇ ਸੀਨੀਅਰ ਸੀ ਫਿਰ ਸ਼ਮੀਮ ਸੀਨੀਅਰ ਸੀ ਹੋਰ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਸੀਨੀਅਰ ਸੀਗੇ ਵਾਕੀ ਵਿਜ਼ਿਟ ਕਰਦੇ ਰਹਿੰਦੇ ਸੀ ਜਿਹੜੇ ਬਹੁਤ ਪਪੂਲਰ ਹੋ ਚੁੱਕੇ ਸੀਗੇ ਜਿੱਦਾਂ ਆਸ਼ੀਸ਼ ਵਿਦਿਆਰਥੀ ਹੋ ਗਏ ਆਸ਼ੂਤੋਸ਼ ਰਾਣਾ ਮੁਕੇਸ਼ ਤਿਵਾਰੀ ਹਨਾ ਜਦੋਂ ਆਪਾਂ ਰਿਪਰਟਰੀ ਚ ਸੀਗੇ ਉਦੋਂ ਵੀ ਜਦਾਂ ਕਦੀ ਇੱਧਰ ਆਏ ਤਾਂ ਵਿੱਚ ਚੱਕਰ ਮਾਰ ਜਾਂਦੇ ਸੀਗੇ ਹਨਾ ਔਰ ਬਾਕੀ ਵਿਜੇ ਰਾਜ ਜਦੋਂ ਜਦੋਂ ਮੈਂ ਐਨਐਸਟੀ ਚ ਸੀ ਉਹ ਐਨਐਸਟੀ ਰਿਪਰਟਰੀ ਚ ਸੀਗੇ ਵਿਜੇ ਰਾਜ ਤੇ ਬਸ ਬਹੁਤ ਸਾਰੇ ਬਹੁਤ ਸਾਰੇ ਲੋਕ ਹੈ ਆਪਣੀ ਪੰਜਾਬ ਇੰਡਸਟਰੀ ਦੀ ਗੱਲ ਕਰੀਏ ਤਾਂ ਐਨਐਸਡੀ ਬਾਰੇ ਇੰਨੀ ਨੌਲੇਜ ਹੈ ਨਹੀਂ ਲੱਗੀ ਲੋਕਾਂ ਨੂੰ ਆਪਾਂ ਗੱਲ ਕਰੀਏ ਬਹੁ ਜਿੱਦਾਂ ਤੁਸੀਂ ਸਿਆ ਘਾਟੀ ਸਿਲੈਕਸ਼ਨ ਹੁੰਦੀ ਹੈ ਤੇ ਐਨਐਸਡੀ ਦੇ ਵਿੱਚ ਜਿਹੜੀ ਸਿਖਾਇਆ ਜਾਂਦਾ ਕਿ ਕਿਦਾਂ ਤੁਸੀਂ ਐਕਟਰ ਬਣਦੇ ਉਹ ਪ੍ਰੋਸੈਸ ਕਿਸ ਤਰ੍ਹਾਂ ਦਾ ਹੁੰਦਾ ਹੈ ਪ੍ਰੋਸੈਸ ਬਹੁ ਡਿਟੇਲ ਵਰਕ ਹੁੰਦਾ ਆ ਮੈਂ ਜਿੱਦਾਂ ਇਦਾਂ ਨਹੀਂ ਆ ਕਿ ਵੀ ਤੁਹਾਨੂੰ ਡਾਇਲੋਗ ਮਿਲ ਗਏ ਹਾਂਜੀ ਤੁਸੀਂ ਬੋਲ ਦਿੱਤੇ ਪੂਰੀ ਕੈਰੈਕਟਰ ਹਿਸਟਰੀ ਬਣਾਉਣਾ ਸਿਖਾਇਆ ਜਾਂਦਾ ਆ ਈਵਨ ਤੁਹਾਡੀ ਡਿਕਸ਼ਨ ਤੇ ਕੰਮ ਕੀਤਾ ਜਾਂਦਾ ਆ ਐਕਸੈਂਟ ਜੇ ਪੰਜਾਬੀ ਚਾਹੀਦਾ ਤਾਂ ਪ੍ਰੋਪਰ ਪੰਜਾਬੀ ਹੋਵੇ ਹਿੰਦੀ ਚਾਹੀਦਾ ਤਾਂ ਪ੍ਰੋਪਰ ਹਿੰਦੀ ਹੋਵੇ ਇਦਾਂ ਨਹੀਂ ਹੈ ਕਿ ਵੀ ਤੁਸੀਂ ਕੁਝ ਵੀ ਔਰ ਔਰ ਮਤਲਬ ਇੰਟਰਨਲ ਪ੍ਰੋਸੈਸ ਜਿਹੜਾ ਆ ਉਹ ਬਹੁਤ ਬਹੁਤ ਜ਼ਰੂਰੀ ਹੈ ਥਿਉਰੀਜ਼ ਹੁੰਦੀਆਂ ਇਹਦੀਆਂ ਵੀ ਜਿੱਦਾਂ ਨਾ ਮਗਾ ਹੋਰ ਕੋਈ ਸਬਜੈਕਟ ਹੈ ਉਹਦੀਆਂ ਥਿਉਰੀਜ਼ ਹੁੰਦੀਆਂ ਨਾ ਕਿ ਆ ਇਹਦੀ ਥਿਉਰੀ ਆ ਇਹਦੀ ਆ ਇਹਦੀ ਇਹਦੀ ਇਦਾਂ ਐਕਟਿੰਗ ਵਿੱਚ ਵੀ ਥਿਉਰੀਜ਼ ਨੇ ਸਭ ਤੋਂ ਪਪੂਲਰ ਜਿਹੜੀ ਤੁਹਾਨੂੰ ਪਤਾ ਹੀ ਹੈ ਸਟੈਨਿਸਲਾਵਸਕੀ ਹੈ ਇਹ ਮੈਥਡ ਐਕਟਿੰਗ ਆਪਾਂ ਕਹਿ ਦਿੰਦੇ ਆ ਤੇ ਉਹ ਮਤਲਬ ਸਾਰਾ ਕੁਝ ਕਵਰ ਕਰਵਾਇਆ ਜਾਂਦਾ 3 ਸਾਲਾਂ ਵਿੱਚ ਹਰ ਥਿਉਰੀ ਸਾਨੂੰ ਪਤਾ ਹੁੰਦੀ ਹੈ ਕਿ ਵੇ ਅੱਛਾ ਅਸੀਂ ਕਰ ਰਹੇ ਆ ਤਾਂ ਸਾਨੂੰ ਪਤਾ ਹੈ ਕਿ ਅਸੀਂ ਕਿਹਨੂੰ ਫੋਲੋ ਕਰ ਰਹੇ ਆ ਹੈਨਾ ਸਭ ਤੋਂ ਜ਼ਿਆਦਾ ਤਾਂ ਇਹ ਹੀ ਫੋਲੋ ਹੁੰਦੀ ਹੈ ਬਖੈਰ ਕਲਮਾ ਵਿੱਚ ਸਟੈਨਸ ਲਾਸ ਕਿ ਵਾਲੀ ਥਿਉਰੀ ਫੋਲੋ ਹੁੰਦੀ ਹੈ ਤੇ ਉਸ ਪ੍ਰੋਸੈਸ ਨੂੰ ਆਪਾਂ ਲੈ ਕੇ ਚੱਲਦੇ ਆ ਕੋਈ ਇਹ ਕਹਿ ਸਕਦਾ ਆ ਕਿ ਕੀ ਫਾਇਦਾ ਇਹਦਾ ਕੀ ਫਾਇਦਾ ਏਦਾਂ ਵੀ ਤਾਂ ਆਪਾਂ ਐਕਟਿੰਗ ਕਰ ਸਕਦੇ ਆ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਲੇਕਿਨ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਰ ਕੀ ਰਹੇ ਆ ਜਦੋਂ ਅਸੀਂ ਸਭ ਕੁਝ ਜਾਣ ਜਾਣੇ ਆ ਹਨਾ ਕੀ ਆ ea ਮੈਮਰੀ ਜਾਂ ਸਾਡੀ ਮੈਮਰੀ ਚੋਂ ਕਿਦਾਂ ਕੈਰੈਕਟਰ ਨੂੰ ਆਪਣੀ ਮੈਮਰੀ ਚੋਂ ਨੂੰ ਯੂਜ਼ ਕਿਦਾਂ ਕਰਨਾ ਆ ਅਬਜ਼ਰਵੇਸ਼ਨ ਕੀ ਆ ਕਨਸੈਂਟਰੇਸ਼ਨ ਕੀ ਆ ਜਾਂ ਮੈਜਿਕ ਇਸ ਕੀ ਆ ਜਾਂ ਕਿਦਾਂ ਯੂਨਿਟਸ ਵਿੱਚ ਅਸੀਂ ਕੈਰੈਕਟਰ ਨੂੰ ਆਪਾਂ ਡਿਵਾਈਡ ਕਰਦੇ ਆ ਉਹਦੀ ਉਹ ਪ੍ਰੋਸੈਸ ਦਿਲਾ ਪੂਰਾ ਹੁੰਦਾ ਆ ਤੇ ਬਾਕੀ ਜੇ ਮੰਨ ਲਓ ਮੈਂ ਡਿਟੇਲ ਵਰਕ ਕਰਦੀ ਆ ਕੋਈ ਨਹੀਂ ਕਰਦਾ ਤੇ ਕੋਈ ਕਹੇ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਆ ਜਦੋਂ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਹੋ ਐਕਟਰ ਨੂੰ ਮਤਲਬ ਮਾੜਾ ਐਕਟਰ ਤੇ ਚੰਗਾ ਐਕਟਰ ਕੋਈ ਫਰਕ ਦਿਖ ਜਾਂਦਾ ਦਿਖ ਜਾਂਦਾ ਆ ਹਨਾ ਇੱਕ ਐਕਟਰ ਹੁੰਦਾ ਜਿਹਦੀਆਂ ਅੱਖਾਂ 'ਚ ਤੁਹਾਨੂੰ ਐਕਸਪ੍ਰੈਸ਼ਨ ਦਿਸਦਾ ਆ ਇੰਟੈਂਸਿਟੀ ਦਿਸਦੀ ਆ ਇੱਕ ਐਕਟਰ ਹੁੰਦਾ ਡਾਇਲੌਗ ਤਾਂ ਵੱਡੇ ਵੱਡੇ ਬੋਲ ਰਿਹਾ ਅੱਖਾਂ ਖਾਲੀ ਐ ਹਾਂਜੀ ਬੋਡੀ ਲੈਂਗੁਏਜ ਤਾਂ ਸਾਖ ਨਹੀਂ ਦੇ ਰਿਹਾ ਹਨਾ ਜਿਹੜਾ ਅੱਛਾ ਐਕਟਰ ਹੁੰਦਾ ਆ ਉਹਦੀਆਂ ਅੱਖਾਂ ਜੇ ਧਿਆਨ ਨਾਲ ਦੇਖਣਾ ਤੁਸੀਂ ਹੁਣ ਜਦੋਂ ਫਿਲਮ ਦੇਖੋਗੇ ਉਹਦੀਆਂ ਅੱਖਾਂ 'ਚ ਵੀ ਐਕਸਪ੍ਰੈਸ਼ਨ ਹੈ ਉਹਦੀ ਬਾਡੀ 'ਚ ਵੀ ਐਕਸਪ੍ਰੈਸ਼ਨ ਹੈ ਉਹ ਖਾਲੀ ਨਹੀਂ ਹੋਏਗਾ ਹੈਨਾ ਉਹਦੀ ਡਾਇਲੌਗ ਡਿਲੀਵਰੀ ਦੇਖੋ ਤੁਸੀਂ ਕਿਹੜੇ ਸ਼ਬਦ ਨੂੰ ਸਟ੍ਰੈਸ ਕਰਨਾ ਆ ਉਹ ਅਲੱਗ ਥਿਸੇਗਾ ਹੁਣ ਮੰਨ ਲਓ ਇੱਕ ਸੈਂਟੈਂਸ ਹੈ ਕਿ ਹਮਨੇ ਨਾਓ ਮੇ ਬੈਠ ਕੇ ਨਦੀ ਪਾਰ ਕੀ ਠੀਕ ਹੈ ਇਹਦੇ ਕਿੰਨੇ ਮੀਨਿੰਗ ਕੱਢੇ ਜਾ ਸਕਦੇ ਆ ਹਾਂ ਜਿੱਦਾਂ ਜੇ ਤੁਹਾਡੇ ਕੋਲ ਉੱਥੇ उस सिचुएशन विच क्वेश्चन है कि किन किसने नाव में बैठकर नदी पार की किसने? किसने तो असं हमने अंडरलाइन करा क्या हमने नदी में हमने नाव में बैठकर नदी पार की है ना अगर कोई पूछ ले कि आपने मतलब कैसे ये नदी पार मत मतलब आ, आए आप आए कैसे कैसे ट्रेवल किया कैसे किदा आए, आए तो आए तो फिर कहे हमने नाओ में बैठकर नदी पार की ਤੋ ਇਹਦਾ ਇੱਕ ਇੱਕ ਸ਼ਬਦ ਨੂੰ ਕਰਕੇ ਦੇਖ ਲਓ ਮੀਨਿੰਗ ਅਲੱਗ ਹੋ ਜਾਏਗਾ ਕਿੱਥੇ ਪ੍ਰੈਸ਼ਰ ਦੇਣਾ ਕਿੱਥੇ ਸ਼ਕਲ ਦੇਣਾ ਕਿ ਬਹੁਤ ਵਾਰ ਤੁਸੀਂ ਫਿਲਮਾਂ ਦੇਖਿਓ ਗਲਤ ਸਟ੍ਰੈਸ ਕੀਤਾ ਹੁੰਦਾ ਹੈ ਗਲਤ ਸੈਂਟੈਂਸ ਦਾ ਮੀਨਿੰਗ ਕੁਝ ਹੋ ਰਹੀ ਨਿਕਲ ਰਿਹਾ ਹੁੰਦਾ ਹੈ ਲੇਕਿਨ ਜਿਹੜੇ ਟ੍ਰੇਨਡ ਐਕਟਰ ਹੁੰਦੇ ਆ ਥੋੜਾ ਜਿਹਾ ਹੀ ਫਰਕ ਪੈ ਜਾਂਦਾ ਹੈ ਕਿ ਉਹਨਾਂ ਨੂੰ ਪਤਾ ਆ ਕਿ ਸੈਂਟੈਂਸ ਦੇ ਵਿੱਚ ਇਹਦੇ ਵਿੱਚ ਕੀ ਇੰਪੋਰਟੈਂਟ ਹੈ ਜ਼ਿਆਦਾ ਅਸੀਂ ਕਿਹਨੂੰ ਹਾਈਲਾਈਟ ਕਰਨਾ ਹੈ ਨਾ ਤੇ ਇਸ ਤਰ੍ਹਾਂ ਹੈ ਕੈਰੈਕਟਰ ਹਿਸਟਰੀ ਬਣਾਈਦੀ ਹੈ ਕਿ ਇਦਾਂ ਨਹੀਂ ਆ ਕਿ ਬਈ ਮੈਂ ਠੀਕ ਹੈ ਮੈਨੂੰ ਆ ਕੇਰੈਕਟਰ ਮਿਲ ਗਿਆ ਮੈਂ ਨਹੀਂ ਮੈਂ ਕੌਣ ਆ ਮੈਂ ਕਿੱਥੋਂ ਆਈ ਮੇਰਾ ਇਕਨੋਮਿਕਲੀ ਕਿਦਾਂ ਇਕਨੋਮਿਕਸ ਸਟੇਟਸ ਕਿਦਾਂ ਦਾ ਆ ਮੇਰਾ ਸੋਸ਼ਲ ਸਟੇਟਸ ਕੀ ਹੈ ਮੈਂ ਕਿੰਨਾ ਪੜੀ ਲਿਖੀ ਆ ਹਨਾ ਮੇਰੇ ਘਰ ਚ ਕੌਣ ਕੌਣ ਹੈ ਮਤਲਬ ਬਹੁਤ ਸਾਰੀ ਡਿਟੇਲ ਮੈਂ ਕਿਵੇਂ ਡਾਇਰੈਕਟਰਸ ਨੂੰ ਪਰੇਸ਼ਾਨ ਵੀ ਕਰਦੀ ਰਹਿਣੀ ਆ ਕਿਉਂਕਿ ਹਨਾ ਜਿੱਦਾਂ ਮੈਨੂੰ ਮੰਨ ਲਓ ਬਰੀਫ ਨਹੀਂ ਚੰਗੀ ਤਰ੍ਹਾਂ ਕੀਤਾ ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਸੀਨ ਮੈਂ ਪਰਫਾਰਮ ਕਰਨ ਜਾ ਰਹੀ ਆ ਇਹ ਮੈਨੂੰ ਅੱਗੇ ਪਿੱਛੇ ਦਾ ਪਤਾ ਹੋਣਾ ਚਾਹੀਦਾ ਹੈ ਨਾ ਕਿ ਬਈ ਇਸ ਤੋਂ ਪਹਿਲਾਂ ਕੀ ਹੋਇਆ ਹੈ ਨਾ ਤਾਂ ਮੈਂ ਫਿਰ ਹੌਲੀ-ਹੌਲੀ ਜੇ ਡਾਇਰੈਕਟਰ ਬਿਜ਼ੀ ਹੋਵੇ ਤਾਂ ਮੈਂ ਅਸਿਸਟੈਂਟ ਨੂੰ ਪੁੱਛਦੀ ਆ ਕਿ ਮੈਨੂੰ ਮੜਾ ਜਿਹਾ ਬਰੀਫ ਕਰੋ ਕਿ ਇਸ ਤੋਂ ਪਹਿਲਾਂ ਕੀ-ਕੀ ਹੋ ਚੁੱਕਾ ਆ ਅਸੀਂ ਉਸ ਹਿਸਾਬ ਨਾਲ ਰਿਐਕਟ ਕਰਾਂਗੇ ਹੈ ਨਾ ਤਾਂ ਕਈ ਵਾਰ ਫਿਰ ਮੈਂ ਡਾਇਰੈਕਟਰ ਕੋ ਟਾਈਮ ਹੋਵੇ ਤਾਂ ਡਾਇਰੈਕਟਰ ਨੂੰ ਵੀ ਮੈਂ again ਨੂੰ ਮੈਨੂੰ ਥੋੜਾ ਜਿਹਾ ਕਲੀਅਰ ਕਰਦੇ ਹੋਰ ਕਰ ਦਿੰਦੇ ਆ ਤੇ ਬਸ ਉਹੀ ਹੈ ਪਰਫਾਰਮੈਂਸ ਤੇ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਤੇ ਮਤਲਬ ਕਿ ਜਦੋਂ ਤੁਸੀਂ ਕੋਈ ਕੈਰੈਕਟਰ ਕਰਦੇ ਹੋ ਪਹਿਲਾਂ ਉਹ 스토리 ਖੁਦ ਕ੍ਰੀਏਟ ਕਰਦੇ ਹੋ ਸਾਰੇ ਜਦੋਂ ਪਿੱਛੇ ਉਹਦੀ ਬੈਕਸਟੋਰੀ ਜੁੜਦੀ ਹੈ ਜਿਹੜਾ ਤੁਹਾਨੂੰ ਮੰਨ ਲਓ ਕਿ ਕੈਰੈਕਟਰ ਮਿਲਿਆ ਮਿਲਿਆ ਉਹਦੇ ਬਾਰੇ ਆਪਾਂ ਪੁੱਛਦੇ ਹਾਂ ਡਾਇਰੈਕਟਰ ਨੂੰ ਜਾਂ ਅਸਿਸਟੈਂਟ ਨੂੰ ਜੋ ਜਿੰਨੂੰ ਵੀ ਕਲੀਅਰ ਹੋਵੇ ਜਾਂ ਡਾਇਰੈਕਟਰ ਨੂੰ ਹਾਂਜੀ ਅਸੀਂ ਪੁੱਛਦੇ ਹਾਂ ਕਿ ਇਹਦਾ ਕੀ ਬੈਕਗ੍ਰਾਉਂਡ ਹੈ ਇਹਨੂੰ ਬੈਕਗ੍ਰਾਉਂਡ ਕੀ ਹੈ ਮਤਲਬ ਇਹ ਡਾਇਰੈਕਟਰ ਦਾ ਡਾਇਰੈਕਟਰ ਨੇ ਤੁਹਾਨੂੰ ਦੇ ਦਿੱਤੀ ਹਾਂਜੀ ਕੈਰੈਕਟਰ ਦੇ ਦਿੱਤਾ ਤੁਹਾਡੀ ਡਿਊਟੀ ਬਣਦੀ ਹੈ ਤੁਸੀਂ ਉਹਦੇ ਬਾਰੇ ਜਾਣੋ ਹੈਨਾ ਇਹ ਲੋਕ ਜਾਣਦੇ ਐ ਕੋਸ਼ਿਸ਼ ਕਰਦੇ ਐ ਜਾਣਨ ਦੀ ਕਿ ਨਹੀਂ ਕਰਦੇ ਜਾਣ ਲੈਣਾ ਵਧੀਆ ਜਾਣ ਲੈਣਾ ਵਧੀਆ ਐ ਉਹਦੇ ਨਾਲ ਹੀ ਤੁਹਾਨੂੰ ਪਤਾ ਲੱਗੇਗਾ ਮੰਨ ਲਓ ਤੁਸੀਂ ਉਹ ਆ ਸੀਨ ਕਰ ਰਹੇ ਹੋ ਹਨਾ ਤੇ ਤੁਸੀਂ ਮਤਲਬ ਤੁਹਾਨੂੰ ਪਤਾ ਹੀ ਨਹੀਂ ਇਸ ਤੋਂ ਪਹਿਲਾਂ ਕੀ ਹੋਇਆ ਇਹਦੀ ਮੈਂ ਐਗਜ਼ਾਮਪਲ ਦਿੰਨੀ ਐ ਇੱਕ ਵਾਰੀ ਇੱਕ ਲੜਕਾ ਇੰਟਰਵਿਊ ਚ ਗਿਆ ਹਾਂਜੀ ਤੇ ਉਹ ਪਰਫਾਰਮ ਕਰਦਾ ਰਿਹਾ ਟੱਪ ਟੱਪ ਕੇ ਕੁੱਦ ਕੁੱਦ ਕੇ ਭੱਜ ਭੱਜ ਕੇ ਹਾਂਜੀ ਬਾਅਦ ਚ ਪਤਾ ਲੱਗਾ ਕਿ ਉਹ ਜਿਹੜਾ ਕੈਰੈਕਟਰ ਪਰਫਾਰਮ ਕਰ ਰਿਹਾ ਸੀ ਉਹ ਅੰਨਾ ਸੀ ਉਹਨਾਂ ਨੇ ਜਦੋਂ ਪੁੱਛਿਆ ਉਹ ਤੋਂ ਕਿ ਬਈ ਤੁਹਾਨੂੰ ਪਤਾ ਹੈ ਸਕ੍ਰਿਪਟ ਪੜ੍ਹੀ ਹੈ ਤੁਸੀਂ ਕਹਿੰਦਾ ਨਹੀਂ ਤੁਹਾਨੂੰ ਪਤਾ ਇਹ ਕੈਰੈਕਟਰ ਹਨਾ ਤਾਂ ਸੋਚੋ ਫਿਰ ਉਹਦੇ ਤੇ ਮਤਲਬ ਜਾਣਨਾ ਜ਼ਰੂਰੀ ਹੈ ਬਿਲਕੁਲ ਜਾਣਨਾ ਜ਼ਰੂਰੀ ਹੈ ਮੰਨ ਲਓ ਇਸ ਤੋਂ ਪਹਿਲਾਂ ਕੋਈ ਏਦਾਂ ਦੀ ਘਟਨਾ ਘਟੀ ਹੈ ਉਸੇ ਹਿਸਾਬ ਨਾਲ ਤੁਸੀਂ ਅਗਲੇ ਸੀਨ 'ਚ ਰਿਐਕਟ ਕਰੋਗੇ ਜੀ ਹੈਨਾ ਤੇ ਇਸ ਲਈ ਡਿਟੇਲ ਵਰਕ ਜ਼ਰੂਰੀ ਹੈ ਇੱਕ ਜਿੱਦਾਂ ਮੰਨ ਲਓ ਕੋਈ ਤੁਸੀਂ ਕੈਰੈਕਟਰ ਕਰ ਰਹੇ ਹੋ ਜੋ ਸਕ੍ਰਿਪਟ ਦੇ ਵਿੱਚ ਹੈ ਕ੍ਰੈਪਟ ਹਮ ਉਹ ਤਾਂ ਤੁਸੀਂ ਕਰ ਲਿਆ ਡਾਇਲੋਗ ਚੱਲਦਾ ਤੁਹਾਨੂੰ ਦੱਸਿਆ ਜਾਂਦਾ ਕਿ ਆਹ ਸਟੋਰੀ ਹੈ ਦੀ ਪਿੱਛੇ ਆ ਇੱਥੋਂ ਕੈਰੈਕਟਰ ਚੱਲਿਆ ਇੱਧਰ ਤੇ ਚੱਲਿਆ ਇੱਥੇ ਖਤਮ ਹਮ ਬਟ ਉਹਦੀ ਕੈਰੈਕਟਰ ਦੀ ਜੋ ਸਟੋਰੀ ਨਹੀਂ ਹੁੰਦੀ ਹਮ ਉਹ ਵੀ ਤੁਸੀਂ ਬਣਾਉਨੇ ਹੋ ਕਿ ਉਹ ਕੈਰੈਕਟਰ ਨੂੰ ਆਪਣੇ ਵਿੱਚ ਜਾਨ ਪਾਸ ਹੋ ਕਿ ਉਹ ਕੈਰੈਕਟਰ ਨੂੰ ਇਸ ਤਰ੍ਹਾਂ ਦਿਖਣਾ ਚਾਹੀਦਾ ਆ ਇਸ ਤਰ੍ਹਾਂ ਇਹ ਕੈਰੈਕਟਰ ਨੇ ਬੋਲਣਾ ਆ ਇਸ ਤਰ੍ਹਾਂ ਦੇ ਐਕਸਪ੍ਰੈਸ਼ਨ ਹੋਣੇ ਚਾਹੀਦੇ ਨੇ ਨਹੀਂ ਅਸੀਂ ਦੇਖੋ ਮੇਜਰਲੀ ਅਸੀਂ ਡਾਇਰੈਕਟਰ ਨੂੰ ਫੋਲੋ ਕਰਦੇ ਆ ਜੀ ਰਾਈਟਰ ਡਾਇਰੈਕਟਰ जिना क्योंकि ਉਹਨਾਂ ਦਾ ਆਪਣਾ ਇੱਕ ਪੁਆਇੰਟ ਆਫ View ਹੈ ਆਪਣਾ ਵਿਜ਼ਨ ਹੈ ਉਹਨਾਂ ਨੇ ਇਹ ਫਿਲਮ ਕੀ ਸੋਚ ਕੇ ਉਹ ਕਰ ਰਹੇ ਹੈ ਤੇ ਉਹਦੇ ਹਿਸਾਬ ਨਾਲ ਸੀ ਕਰਨਾ ਆਪਾਂ ਅਸੀਂ ਆਪਣਾ ਕੁਝ ਅਲੱਗ ਨਹੀਂ ਕਰ ਸਕਦੇ ਲੇਕਿਨ ਉਸ ਦਾਇਰੇ ਚ ਰਹਿ ਕੇ ਉਸ ਦਾਇਰੇ ਚ ਰਹਿ ਕੇ ਮੰਨ ਲਓ ਤੁਸੀਂ ਕੁਝ ਇਮੋਸ਼ਨਲ ਸੀਨ ਕਰਨਾ ਆ ਤਾਂ ਤੁਸੀਂ ਡਾਇਰੈਕਟਰ ਤੁਹਾਡੇ ਅੰਦਰ ਵੜ ਕੇ ਤੁਹਾਨੂੰ ਕੁਝ ਨਹੀਂ ਕਰਵਾ ਸਕਦਾ ਉਹ ਤਾਂ ਤੁਹਾਨੂੰ ਗਾਈਡ ਕਰ ਸਕਦਾ ਬਾਕੀ ਇੰਟਰਨਲ ਪ੍ਰੋਸੈਸ ਤੁਹਾਡਾ ਆਪਣਾ ਆ ਕੀ ਅਗਰ ਮੰਨ ਲਓ ਇੱਕ ਡੈਥ ਸੀਨ ਹੈ ਤੇ ਡਾਇਰੈਕਟਰ ਤੁਹਾਨੂੰ ਧੱਕੇ ਨਾਲ ਰਵਾ ਨਹੀਂ ਸਕਦਾ ਬਿਲਕੁਲ ਗਲਿਸਰਿਨ ਲਗਾ ਵੀ ਲੋਗੇ ਜੇ ਅੰਦਰਲਾ ਪ੍ਰੋਸੈਸ ਠੀਕ ਨਹੀਂ ਹੈ ਤਾਂ ਤੁਹਾਡੇ ਪਤਾ ਲੱਗੇਗਾ ਕਿ ਨਕਲੀ ਹੈ ਜੀ ਤੇ ਉਹ ਤੁਸੀਂ ਉਸ ਵੇਲੇ ਕੀ ਕਰਦੇ ਹੋ ਉਸ 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 ਪੁਆਇੰਟ ਤੱਕ ਪਹੁੰਚਣ ਲਈ ਕਿ ਵੀ ਤੁਹਾਡਾ ਫੇਸ ਤੁਹਾਡੀਆਂ ਅੱਖਾਂ ਤੁਹਾਡਾ ਬਾਡੀ ਇਹ ਦੱਸੇ ਕਿ ਵਾਕਈ ਇਹ ਘਟਨਾ ਤੁਹਾਡੇ ਨਾਲ ਹੋਈ ਹੈ ਤਾਂ ਤੁਹਾਨੂੰ ਆਪਣੇ ਪ੍ਰੋਸੈਸ ਨੂੰ ਇਸਤੇਮਾਲ ਕਰਨਾ ਪੈਣਾ ਦਲੀਪ ਕੁਮਾਰ ਸਾਹਿਬ ਨੇ ਇੱਕ ਮਤਲਬ ਕੀ ਗੱਲ ਕੀਤੀ ਸੀਗੀ ਕਿ ਜਦੋਂ ਉਹਨਾਂ ਨੇ ਕੋਈ ਜਦਾਂ ਮੰਨ ਫੋਰ ਐਗਜ਼ਾਮਪਲ ਸੈਡ ਕੈਰੈਕਟਰ ਕਰਨਾ ਹੁੰਦਾ ਨਾ ਰੋਣੇ ਵਾਲਾ ਕੈਰੈਕਟਰ ਕਰਨਾ ਹੁੰਦਾ ਤਾਂ ਉਹ ਬੈਠ ਕੇ ਸੋਚਦੇ ਨੇ ਆਪਣਾ ਕੋਈ ਪੁਰਾਣੀ ਸਟੋਰੀ ਹੂੰ ਲਿੰਕ ਕਰਦੇ ਨੇ ਫਿਰ ਉਹ ਉੱਥੇ ਪਹੁੰਚ ਕੇ ਉਹ ਸ਼ਾਟ ਦੇ ਦਿੰਦੇ ਨੇ ਕਿ ਜਿੱਦਾਂ ਉਹ ਪੁਰਾਣੀ ਜਿਹੜੀ ਸੋਚ ਉਹਨਾਂ ਨੇ ਕ੍ਰੀਏਟ ਕੀਤੀ ਜਾਂ ਹੋਈ ਸੀ ਘਟਨਾ ਉਹ ਯੂਜ਼ ਕਰਦੇ ਨੇ ਕਿ ਤੁਹਾਡੇ ਨਾਲ ਹੁੰਦਾ ਇਦਾਂ ਤੁਸੀਂ ਵੀ ਕਰਦੇ ਹੋ ਆ ਇਹਦੇ ਵਿੱਚ ਵੀ ਬਹੁਤ ਸਾਰੇ ਥਿਉਰੀਜ਼ ਐ ਇਹਦੇ ਬਾਰੇ ਵੀ ਹਾਂਜੀ ਤੇ ਲੇਕਿਨ ਮੈਨੂੰ ਇਹ ਲੱਗਦਾ ਪਰਸਨਲੀ ਕਿ ਐਕਟਰ ਨੂੰ ਆਪਣੀ ਇਮੋਸ਼ਨਲ ਮੈਮਰੀ ਚ ਜਾਣਾ ਹੀ ਪੈਂਦਾ ਹੈ ਨਾ ਮੰਨ ਲਓ ਹੁਣ ਡੈਡ ਬੋਡੀ ਪਈ ਹੈ ਤੁਹਾਨੂੰ ਸੀਨ ਸੀਨ ਦੇ ਦਿੱਤਾ ਗਿਆ ਤੇ ਤੁਹਾਨੂੰ ਆਪਣੀ ਮੈਮਰੀ ਚ ਜਾ ਕੇ ਕਿਤੇ ਨਾ ਕਿਤੇ ਲਿੰਕ ਤਾਂ ਕਰਨਾ ਪੈਣਾ ਹੈ ਨਾ ਕਿ ਇਹ ਤੁਹਾਡਾ ਕੋਈ ਆਪਣਾ ਨੀਅਰ ਐਂ ਡੀਅਰ ਹੈ ਹੈ ਨਾ ਜਿਹਦੇ ਵਾਸਤੇ ਤੁਸੀਂ ਰੋਣਾ ਹੈ ਹੈ ਨਾ ਨਹੀਂ ਤਾਂ ਤੁਸੀਂ ਐ ਸੋਚੋ ਇਹ ਇੱਕ ਐਕਟਰ ਹੈ ਜੋ ਜਿੰਦਾ ਆ ਲੰਮਾ ਪਿਆ ਆ ਤੁਹਾਨੂੰ ਰੋਣਾ ਨਹੀਂ ਆ ਸਕਦਾ ਤੁਹਾਨੂੰ ਕਨੈਕਟ ਕਰਨਾ ਹੀ ਪੈਣਾ ਆਪਣੇ ਮੈਮਰੀ ਚ ਜਾ ਕੇ ਕਿ ਜੋ ਤੁਸੀਂ ਉਹ ਕਦੀ ਦੇਖਿਆ ਜਾਂ ਜੇ ਮੰਨ ਲਓ ਕਦੀ ਨਹੀਂ ਦੇਖਿਆ ਇਦਾਂ ਵੀ ਹੋ ਸਕਦਾ ਕਿਸੇ ਨੇ ਕਦੀ ਨਹੀਂ ਦੇਖਿਆ ਫਿਰ ਤੁਹਾਨੂੰ ਇਮੇਜਿਨ ਕਰਨਾ ਪੈਣਾ ਫਿਰ ਤੁਹਾਨੂੰ ਆਪਣੀ ਕਲਪਨਾ ਸ਼ਕਤੀ ਨੂੰ ਯੂਜ਼ ਕਰਨਾ ਪੈਣਾ ਕਿ ਅਗਰ ਇਹ ਮੇਰਾ ਕੋਈ ਆਪਣਾ ਹੋਵੇ ਤਾਂ ਮੇਰੀ ਕੀ ਹਾਲਤ ਹੋਵੇ ਹਾਲਤ ਹੈ ਨਾ ਇਸ ਤਰ੍ਹਾਂ ਆਪਾਂ ਕਨੈਕਟ ਕਰਦੇ ਹਾਂ ਹਾਂ ਡੂੰਘੀਆਂ ਗੱਲਾਂ ਡੂੰਘੀਆਂ ਗੱਲਾਂ ਡੂੰਘੀਆਂ ਗੱਲਾਂ ਲੇਕਿਨ ਕੋਈ ਨਾ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਿੱਦਾਂ ਤੁਸੀਂ ਕਿਹਾ ਵੀ ਪੰਜਾਬ ਦੇ ਵਿੱਚ ਬਹੁਤੇ ਲੋਕਾਂ ਨੂੰ ਐਨਐਸਡੀ ਨਹੀਂ ਪਤਾ ਹੈ ਨਾ ਤੇ ਇਸ ਲਈ ਕਈ ਵਾਰੀ ਉਹ ਇਹਨਾਂ ਚੀਜ਼ਾਂ ਨੂੰ ਉਨੀ ਵੈਲਿਊ ਵੀ ਨਹੀਂ ਦਿੰਦੇ ਹਾਂਜੀ ਲੇਕਿਨ ਦੇਣੀ ਚਾਹੀਦੀ ਆ ਕਿਉਂਕਿ ਨਸੀਰ ਜੀ ਅੱਜ ਨਸੀਰ ਜੀ ਕਿਉਂ ਆ ਨਸੀਰ ਜੀ ਨੂੰ ਤੁਸੀਂ ਦੇਖੋ ਉਹਨਾਂ ਦੀ ਅੱਖਾਂ ਦੇਖਿਆ ਕਰੋ ਕੀ ਇੰਟੈਂਸਿਟੀ ਹੈ ਮਤਲਬ ਗ੍ਰੇਟ ਐਕਟਰ ਹਾਂਜੀ ਬਿਲਕੁਲ ਮੈਂ ਕਹਿੰਨੀ ਉਹਨਾਂ ਸਾਹਮਣੇ ਉਦੇ ਸਾ ਸੀ ਐ ਹੋ ਜਿਹਦਾ ਕਿ ਵੀ ਇੰਨੇ ਗ੍ਰੇਟ ਐਕਟਰ ਐ ਹੋ ਤੇ ਇੱਕ ਚਲੋ ਮੈਂ ਗੱਲ ਦੱਸਦੀ ਆ ਪਤਾ ਨਹੀਂ ਦੱਸਣੀ ਚਾਹੀਦੀ ਕਿ ਨਹੀਂ 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 ਬਿਲਕੁਲ ਇੱਕ ਵਾਰ ਮੈਂ ਪਰਫਾਰਮ ਕੀਤਾ ਐਨ ਸਟੇਜ ਹਾਂਜੀ ਤੇ ਨਸੀਰ ਜੀ ਉਹਨਾਂ ਦਿਨਾਂ ਚ ਸਾਡੀ ਕਲਾਸ ਕਰ ਰਹੇ ਸੀਗੇ ਜੀ ਉਸ ਨਾਟਕ ਵਿੱਚ ਅਸੀਂ ਤਿੰਨ ਸੀ ਇੱਕ ਹੁੰਦਾ ਡਬਲ ਕਾਸਟ ਕਿ ਇੱਕ ਹੀ ਰੋਲ ਨੂੰ ਦੋ ਲੋਕ ਕਰਦੇ ਆ ਉਹ ਚ ਸੀ ਤਿੰਨ ਤਿੰਨ ਤੇ ਜਦੋਂ ਪਰਫਾਰਮ ਉਹਨਾਂ ਨੇ ਤਿੰਨੋਂ ਸ਼ੋਅ ਦੇਖੇ ਇੱਕ ਚ ਮੈਂ ਸੀ ਇੱਕ ਚ ਹੋਰ ਲੜਕੀ ਐ ਇੱਕ ਚ ਹੋਰ ਲੜਕੀ ਤੇ ਮੈਨੂੰ ਅਸਰ ਦੀ ਬੇਟੀ ਮੇਰੀ ਕਲਾਸਮੈਟ ਸੀਗੀ ਹਿਬਾ ਸ਼ਾ ਜੀ ਉਹਨੇ ਮੈਨੂੰ ਕਿਹਾ ਕਿ ਪਾਪਾ ਨੂੰ ਤੇਰਾ ਕੰਮ ਬਹੁਤ ਪਸੰਦ ਆ ਮੈਂ ਕਿਹਾ ਰਹਿਣ ਦੇ ਤੂੰ ਮੈਂ ਇਹਨੂੰ ਐਵੇਂ ਖੁਸ਼ ਕਰਨ ਨੂੰ ਕਹਿੰਨੀ ਆ ਨਸੀਰ ਜੀ ਹਨਾ ਕਹਿੰਦੀ ਲੈ ਤੂੰ ਮੰਦੀ ਨਹੀਂ ਸੱਚੀ ਕੀਤਾ ਮੈਂ ਕਿਹਾ ਮੈਂ ਐਂ ਲਾਈਟਲੀ ਲਿਆ ਕਿ ਐਵੇਂ ਮੈਨੂੰ ਹਨਾ ਉਹ ਖੁਸ਼ ਕਰਨ ਲਈ ਕਹਿ ਰਹੀ ਆ ਵੀ ਚਲ ਬਲਜਿੰਦਰ ਨੂੰ ਅੱਛਾ ਲੱਗੇਗਾ ਫਿਰ ਅ ਅਗਲੇ ਦਿਨ ਨਾ ਮੈਂ ਬੰਗਾਲੀ ਮਾਰਕੀਟ ਤੋਂ ਆ ਰਹੀ ਆ ਆਪਣੇ ਐਨਐਸਡੀ ਵੱਲ ਨੂੰ ਹਾਂਜੀ ਇੱਕ ਗੱਡੀ ਆ ਕੇ ਰੁਕੀ ਤੇ ਸ਼ੀਸ਼ਾ ਥੱਲੇ ਆਇਆ ਤੇ ਅੰਦਰ ਨਸੀਰ ਜੀ ਬੈਠੇ ਕਹਿੰਦੇ ਬਲਜਿੰਦਰ ਅ ਕਈ ਵਾਰੀ ਮੈਨੂੰ ਨਸਡਿਚ ਲੋਕ ਬੱਲੂ ਵੀ ਕਹਿੰਦੇ ਸੀਗੇ ਤੇ ਕਹਿੰਦੇ ਮੈਂ ਦੇਖਿਆ ਮੈਂ ਮਸਤੀ ਸਰ ਕਹਿੰਦੇ ਬੱਲੂ ਸਕੂਲ ਜਾ ਰਿਹਾ ਐ ਨਸਡਿਨ ਸਕੂਲ ਕਹਿੰਦੇ ਉੱਥੇ ਮੈਂ ਕਿਹਾ ਹਾਂਜੀ ਸਰ ਕਹਿੰਦੇ ਬੈਠੋ ਤੇ ਸਰ ਪਿੱਛੇ ਬੈਠੇਸ ਮੈਂ ਅਗਲੀ ਸੀਟ ਤੇ ਬੈਠ ਗਈ ਸਰ ਕਹਿੰਦੇ ਬਈ ਜੰਦਰ ਯੂ ਆਰ ਅ ਬ੍ਰਿਲਿਅੰਟ ਐਕਟਰ ਮੈਂ ਤਾਂ ਮੈਨੂੰ ਲੱਗੇ ਕਿ ਮੈਂ ਬੇਹੋਸ਼ ਹੀ ਹੋ ਜਾਣਾ ਕੀ ਮਤਲਬ ਨਸੀਰ ਜੀ ਨੇ ਮੈਨੂੰ ਵਧੀਆ ਐਕਟਰ ਕਿਹਾ ਬ੍ਰਿਲिएंट ਐਕਟਰ ਕਿਹਾ ਮੈਂ ਨਾ ਐਂ ਸੀ ਸੁਣ ਮੈਂ ਕਿਹਾ थैंक यू ਸਰ ਔਰ ਸਕੂਲ ਪਹੁੰਚ ਗਏ ਥੋੜਾ ਹੀ ਡਿਸਟੈਂਸ ਸੀਗਾ ਸਕੂਲ ਪਹੁੰਚ ਗਏ ਤੇ ਮੈਂ ਗੱਡੀ ਚ ਉਤਰ ਕੇ ਹੌਸਟਲ ਵੱਲ ਨੂੰ ਚਲੀ ਗਈ ਲੇਕਿਨ ਮੈਂ ਉਸ ਸੇ ਚਿਸ ਗਈ ਕਿ ਵੀ ਸਰ ਨੇ ਸੱਚੀ ਮੈਨੂੰ ਐਪਰੀਸ਼ੀਏਟ ਕੀਤਾ ਮਤਲਬ ਇੰਨੀ ਵੱਡੀ ਹਸਤੀ ਹੈ ਉਹ ਹੈਨਾ ਤੇ ਮੈਨੂੰ ਜਦੋਂ ਵੀ ਮੈਂ ਕੁਝ ਕੰਮ ਕਰਦੀ ਆਂ ਮਨ ਲੋ ਕਈ ਵਾਰੀ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਮੈਂ ਉਹ ਗੱਲ ਯਾਦ ਕਰ ਲੈਣੀ ਆ ਕਿ ਮਨ ਬਹੁਤ ਲੋਕ ਤੁਹਾਨੂੰ ਸੋਸਾਇਟੀ ਚ ਇਦਾਂ ਦੇ ਵੀ ਮਿਲ ਜਾਂਦੇ ਆ ਜਿਹੜੇ ਤੁਹਾਨੂੰ ਡਿਪਰੈਸ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਹੈਨਾ ਕੁਝ ਨਾ ਕੁਝ ਐਸਾ ਕਰ ਦੇਣਾ ਕਿ ਦੂਸਰਾ ਬੰਦਾ ਥੋੜਾ ਡੀਮੋਟਿਵੇਟ ਹੋ ਜਾਏ ਤਾਂ ਮੈਂ ਉਹ ਗੱਲਾਂ ਯਾਦ ਕਰ ਲੈਣੀ ਕਿ ਮੈਨੂੰ ਨਸੀਰ ਜੀ ਨੇ ਐਪਰੀਸ਼ੀਏਟ ਕੀਤਾ ਸੀਗਾ ਇਹਦਾ ਮਤਲਬ ਕੁਝ ਤਾਂ ਮੈਨੂੰ ਮਾੜਾ-ਮੋਟਾ ਹੁੰਦਾ ਹੋਊਗਾ ਮਤਲਬ ਚੰਗਾ ਲੱਗਦਾ ਐਕਟਰ ਲਈ ਮੋਟੀਵੇਸ਼ਨ ਇਹ ਹੁੰਦਾ ਕਿ ਕੋਈ ਉਹਨੂੰ ਐਪਰੀਸ਼ੀਏਟ ਕਰਦਾ ਹੈ ਬਹੁਤ ਵੱਡਾ ਮੋਟੀਵੇਸ਼ਨ ਹੈ ਮੈਨੂੰ ਲੱਗਦਾ ਜਦੋਂ ਤੁਹਾਨੂੰ ਕੋਈ ਐਪਰੀਸ਼ੀਏਟ ਕਰਦੇ ਕੋਈ ਵੱਡਾ ਬੰਦਾ ਤੇ ਤੁਹਾਡੇ ਤੇ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਤੁਹਾਨੂੰ ਲੱਗਦਾ ਕਿ oh my god ਇੰਨੇ ਵੱਡੇ ਬੰਦੇ ਨੇ ਮੈਨੂੰ ਐਪਰੀਸ਼ੀਏਟ ਕੀਤਾ ਮੈਨੂੰ ਹੋਰ ਵਧੀਆ ਕਰਨਾ ਪੈਣਾ ਹੋਰ ਵਧੀਆ ਕਰਨਾ ਹੈ ਜ਼ਿੰਮੇਵਾਰੀ ਵੱਜ ਜਾਂਦੀ ਹੈ ਜੀ ਜਦੋਂ ਤੁਸੀਂ ਤੁਸੀਂ ਪਹਿਲੀ ਫਿਲਮ ਜਿਹੜੀ ਕੀਤੀ ਸ਼ਾਹਨ ਕੀਤੀ ਬਾਲੀਵੁੱਡ ਵਿੱਚ ਤੇ ਤੁਹਾਨੂੰ ਨਾਟਕ ਦੇਖਣ ਤੋਂ ਬਾਅਦ ਉਹ ਰੂਲ ਮਿਲਿਆ ਉਹ ਨਾਟਕ ਕਿਹੜਾ ਸੀਗਾ ਉਸ ਦਾ ਉਹ ਨਾਟਕ ਸੀ ਐ ਲੜਕੀ ਜਿਹਦੇ ਸ਼ੋਜ਼ ਮੈਂ ਚైనా ਵੀ ਕੀਤੇ ਮੋਰੀਸ਼ੀਅਸ ਵੀ ਕੀਤੇ ਤੇ ਇੰਡੀਆ ਚ ਬਹੁਤ ਜਗ੍ਹਾ ਕੀਤੇ ਲਗਭਗ ਅਮ ਇੱਕ ਦੋ ਜਗਾਂ ਨੂੰ ਛੱਡ ਕੇ ਸਭ ਜਗ੍ਹਾ ਕੀਤੇ ਤੇ ਉਹਦੇ ਵਿੱਚ ਲੋਕ ਇੰਨਾ ਐਪਰੀਸ਼ੀਏਟ ਕਰਦੇ ਹੁੰਦੇ ਸੀ ਮੈਨੂੰ ਕਈ ਵਾਰੀ ਜਿੱਦਾਂ ਕਈ ਲੜਕੇ ਨਾਟਕ ਦੇਖਣ ਵੱੜ ਜਾਂਦੇ ਸੀ ਕਿਉਂਕਿ ਟਾਈਟਲ ਸੀ ਇਹ ਲੜਕੀ ਤਾਂ ਲੋਕ ਸੋਚਦੇ ਸੀ ਲੜਕੇ ਸੋਚਦੇ ਸੀ ਕਿ ਕਿਸ ਕੁੜੀ ਦੀ ਕਹਾਣੀ ਹੋਣੀ ਆ ਜਾਂ ਕੁੜੀ ਤੇ ਉਹ ਜਾ ਕੇ ਮੈਂ ਸੀ 80 ਸਾਲ ਦੀ ਬੁੜੀਆ ਬਣੀ ਹੋਈ ਤੇ ਕਈ ਵਾਰੀ ਸ਼ੁਰੂ ਚਾਉਂਦੇ ਸੀ ਲੜਕੇ ਐਦਾਂ ਮਤਲਬ ਨੋਨ ਸੀਰੀਅਸ ਜਿਹਾ ਹੋ ਕੇ ਵੀ ਅੱਛਾ ਹੋਣ ਕੋਈ ਕੁੜੀ ਆਊਗੀ ਸਟੇਜ ਤੇ ਐਦਾਂ ਦੇਖਦੇ ਸੀ لیکن ਜਦੋਂ ਤੱਕ ਉਹ ਨਾਟਕ ਖਤਮ ਹੁੰਦਾ ਸੀ ਉਹ ਲੜਕੇ ਇਦਾਂ ਹੋ ਜਾਂਦੇ ਸੀ ਕਿ ਮਤਲਬ ਜਿੱਦਾਂ ਇਹ ਐਗਜ਼ਾਮਪਲ ਹੈ ਅਸੀਂ ਪਤਾ ਨਹੀਂ ਕਿੱਥੇ ਸ਼ੋਅ ਕੀਤਾ ਸੀ ਉਹ ਲੜਕੇ ਆਏ ਮੇਰੇ ਕੋਲ ਹਾਂਜੀ ਕਹਿੰਦੇ ਮੈਡਮ ਅਸੀਂ ਨਾ ਬੜੇ ਨਾਨ ਸੀਰੀਅਸ ਹੋ ਕੇ ਅੰਦਰ ਬੜੇ ਸੀਗੇ ਇਦਾਂ ਟਾਈਟਲ ਸੋਚ ਕੇ ਕਹਿੰਦੇ ਜੇ ਤੁਸੀਂ ਤੁਹਾਡਾ ਪਰਫਾਰਮੈਂਸ ਦੇਖਿਆ ਕਹਿੰਦੇ ਅਜੇ ਤੱਕ ਅਸੀਂ ਉਸੇ 'ਚ ਆਂ ਕਹਿੰਦੇ ਕਿ ਅਸੀਂ ਤੁਹਾਨੂੰ ਟੱਚ ਕਰਕੇ ਦੇਖ ਸਕਦੇ ਹਾਂ ਮਤਲਬ ਇੰਨਾ ਵਧੀਆ ਉਹ ਪਰਫਾਰਮੈਂਸ ਬਣ ਗਿਆ ਸੀ ਮਤਲਬ ਨਾ ਉਹਦੇ ਡਾਇਰੈਕਟਰ ਸੀ ਅੰਕੁਰ ਜੀ ਜੀ ਮਤਲਬ ਅੰਕੁਰ ਜੀ ਤੋਂ ਮੈਂ ਬਹੁਤ ਸਿੱਖਿਆ ਸਭ ਤੋਂ ਹੀ ਬਹੁਤ ਸਿੱਖਿਆ ਲੇਕਿਨ ਅੰਕੁਰ ਜੀ ਜਿੱਦਾਂ ਜਿਸ ਢੰਗ ਨਾਲ ਕੰਮ ਕਰਦੇ ਸੀਗੇ ਸਾਨੂੰ ਸੌਂਪ ਦਿੰਦੇ ਸੀ ਸਕ੍ਰਿਪਟ ਕਰੋ ਫਿਰ ਉਹਨੇ ਥੋੜੇ ਦਿਨ ਬਾਅਦ ਆਉਣਾ ਚੈੱਕ ਕਰਨਾ ਫਿਰ ਉਹਨੇ ਕਹਿਣਾ ਸੀ ਆ ਹਟਾ ਦਿਓ ਆ ਰੱਖ ਲਓ ਆ ਰੱਖ ਲਓ ਇਦਾਂ ਮਤਲਬ ਇੰਨੀ ਫ੍ਰੀडम ਦਿੰਦੇ ਸੀਗੇ ਤੇ ਐਕਟਰ ਦੇ ਵਿੱਚ ਉਹਦੇ ਨਾਲ ਕੌਨਫੀਡੈਂਸ ਆਉਂਦਾ ਔਰ ਬੜੇ ਸਿੰਪਲ ਤਰੀਕੇ ਨਾਲ ਹੈਨਾ ਤੇ ਉਸ ਉਸ ਨਾਟਕ ਤੋਂ ਮੈਨੂੰ ਬਹੁਤ ਪਪੂਲਾਰਿਟੀ ਮਿਲੀ ਸੀ ਬਹੁਤ ਮੈਨੂੰ ਮੈਨੂੰ ਇਹ ਲੱਗਿਆ ਸੀ ਕਿ ਉਸ ਨਾਟਕ 'ਚ ਮੈਂ ਆਪਣੇ ਆਪ ਨੂੰ ਪੂਰਾ ਐਕਸਪਲੋਰ ਕੀਤਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਮਤਲਬ ਕਈ ਵਾਰ ਲੋਕ ਗਲੇ ਲੱਗ ਕੇ ਜਿੱਦਾਂ ਫੀਮੇਲ ਗਲੇ ਲੱਗ ਕੇ ਰੋਂਦੀਆਂ ਰਹਿੰਦੀਆਂ ਸੀ ਕਈ ਕਿ ਦਿਨ ਤੱਕ ਉਹਨਾਂ ਨੂੰ ਐਦਾਂ ਲੱਗਦਾ ਸੀ ਕਿ ਸਾਡੀ ਸਭ ਦੀ ਆਪਣੀ ਕਹਾਣੀ ਹੈ ਨਾ ਤਾਂ ਉਸ ਕਰਕੇ ਔਰ ਮੈਨੂੰ ਵੀ ਲੱਗਦਾ ਸੀ ਕਿ ਮੈਂ ਉਦੋਂ ਯੰਗ ਸੀ لیکن ਜਦੋਂ ਪਰਫਾਰਮੈਂਸ ਖਤਮ ਹੁੰਦਾ ਸੀ ਮੈਨੂੰ ਲੱਗਦਾ ਸੀ ਮੇਰੇ ਹੱਥ ਪੈਰ ਬੁੱਢੇ ਹੋ ਗਏ ਆ ਪੂਰੀ ਝਰਨੇ ਮੈਂ ਉਹਨੂੰ ਸੱਚੀ ਜੀਉਂਦੀ ਸੀ ਮਤਲਬ ਜਿੰਦੀ ਪੂਰੀ ਪੂਰੀ ਝਰਨੇ ਲੱਗਦਾ ਸੀ ਮੈਂ ਪੂਰਾ ਉਹਦੀ ਲਾਈਫ ਉਸ ਕੈਰੈਕਟਰ ਦੀ ਪੂਰੀ ਲਾਈਫ ਤੈਕ ਕੀਤੀ ਤੈਕ ਕੀਤੀ ਹਾਂ ਇੰਨਾ ਵਧੀਆ ਉਹ ਕੈਰੈਕਟਰ ਸੀ ਉਹ ਮੋਗੇ ਚਾਵੜਾ ਨੇ ਦੇਖਿਆ ਹੋਇਆ ਸੀ ਉੱਥੋਂ ਮੈਨੂੰ ਬੜੀ ਸਿੱਖ ਪਈ ਤੇ ਜਿਹੜੇ ਜਦੋਂ ਤੁਸੀਂ ਕੈਰੈਕਟਰ ਕਰਦੇ ਹੋ ਆਮ ਪਬਲਿਕ ਦੇ ਵਿੱਚ ਤੁਸੀਂ ਘੁੰਮਦੇ ਫਿਰਦੇ ਹੋ ਉੱਥੋਂ ਵੀ ਕੈਰੈਕਟਰ ਚੱਕ ਨਹੀਂ ਹੋ ਗਈ ਅਬਜ਼ਰਵੇਸ਼ਨ ਤਾਂ ਹਾਂ ਬਿਲਕੁਲ ਅਬਜ਼ਰਵੇਸ਼ਨ ਮੈਂ ਕਹਿੰਨੀ ਆ ਕਿ ਰੀਅਲ ਲਾਈਫ ਤੋਂ ਵੱਡੀ ਕਿਤਾਬ ਕੋਈ ਨਹੀਂ ਆ ਜੀ ਤੁਸੀਂ ਖੁਦ ਨੂੰ ਜੇ ਅਗਰ ਅਬਜ਼ਰਵ ਕਰ ਲੋਗੇ ਕਿ ਅਸੀਂ ਡੇਲੀ ਲਾਈਫ ਚ ਕਿਸ ਤਰ੍ਹਾਂ ਰਿਐਕਟ ਕਰਦੇ ਆ ਹੁਣ ਜਿੱਦਾਂ ਤੁਸੀਂ ਇਸ ਵੇਲੇ ਬੈਠੇ ਹੋ ਹਾਂਜੀ ਠੀਕ ਹੈ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਕਰਕੇ ਬੈਠੇ ਹੋ ਹਨਾ ਹਾਂਜੀ ਜੇ ਆਪਾਂ ਨੂੰ ਕਈ ਵਾਰੀ ਫਿਲਮ ਚ ਕਹਿ ਦਿੱਤਾ ਜਾਂਦਾ ਕਿ ਤੁਸੀਂ ਮਨ मतलब ਨਾ ਇਦਾਂ ਸੀਨ ਕਰਨਾ ਆ ਤੇ ਅਸੀਂ ਥੋੜੇ ਜਿਹਾ ਕੌਂਸ਼ੀਅਸ ਹੋ ਜਾਂਦੇ ਕੈਮਰਾ ਕਰਕੇ ਫਿਰ ਅਸੀਂ ਇਦਾਂ ਨਹੀਂ ਬੈਠਦੇ ਫਿਰ ਅਸੀਂ ਕੁਝ ਇਦਾਂ ਆਪਣੇ ਆਪ ਨੂੰ ਠੀਕ ਠਾਕ ਕਰਕੇ ਬੈਠਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਇਹ ਲੱਗਦਾ ਆ ਕਿ ਆਪਾਂ ਰੀਅਲ ਲਾਈਫ 'ਚ ਜੇ ਆਪਾਂ ਖੁਦ ਨੂੰ ਦੇਖਦੇ ਰਹੀਏ ਨਾ ਜਾਂ ਦੂਸਰਿਆਂ ਨੂੰ ਵੀ ਦੇਖਦੇ ਰਹੀਏ ਕਿ ਵੀ ਦੂਸਰੇ ਕਿੱਦਾਂ ਰਿਐਕਟ ਕਰਦੇ ਆ ਕਿ ਕਿਸ ਕਿਸ ਸਿਚੁਏਸ਼ਨ ਵਿੱਚ ਜੇ ਅਸੀਂ ਉਹਨੂੰ ਵੀ ਧਿਆਨ ਨਾਲ ਦੇਖੀਏ ਨਾ ਉੱਥੋਂ ਹੀ ਸਾਨੂੰ ਬਹੁਤ ਕੁਝ ਮਿਲ ਜਾਂਦਾ ਜੀ ਮੇਰੇ ਖਿਆਲ ਨਾਲ ਆਪਾਂ ਦੇਖੀਏ ਦੋ ਚੀਜ਼ਾਂ ਅਬਜ਼ਰਵੇਸ਼ਨ ਤੇ ਇਮੇਜਿਨੇਸ਼ਨ ਇਹ ਬੜਾ ਤਕੜਾ ਰੋਲ ਨਿਭਾਉਂਦੇ ਨੇ ਐਕਟਿੰਗ ਅਬਜ਼ਰਵੇਸ਼ਨ ਇਮੇਜਿਨੇਸ਼ਨ ਮੈਮਰੀ ਕਨਸੈਂਟ੍ਰੇਸ਼ਨ ਕਨਸੈਂਟ੍ਰੇਸ਼ਨ ਤਾਂ ਮਸਟ ਹੈ ਜੀ ਜਿੱਦਾਂ ਤੁਸੀਂ ਦੱਸਿਆ ਕਿ ਸਰ ਕਹਿੰਦੇ ਸੀਗੇ ਦਿਲੀਪ ਸਾਹਿਬ ਕਿ ਮੈਂ ਸੋਚਣ ਲੱਗ ਮੈਂ ਵੀ ਐ ਕਰਦੀ ਹਾਂ ਜਦੋਂ ਮੈਨੂੰ ਪਤਾ ਕਿ ਇਸ ਤਰ੍ਹਾਂ ਦਾ ਕੋਈ ਸੀਨ ਮੈਂ ਕਰਨਾ ਹੈ ਇਮੋਸ਼ਨਲ ਤੇ ਕਿੰਨੇ ਵੀ ਉੱਥੇ ਭੀੜ ਹੈ ਲੋਕ ਗੱਲਾਂ ਕਰੀ ਜਾਂਦੇ ਆ ਐਨਜੋਏ ਕਰੀ ਜਾਂਦੇ ਆ ਹੱਸੀ ਜਾਂਦੇ ਆ ਮੈਂ ਆਪਣੇ ਆਪ ਨੂੰ ਇਕੱਲਾ ਕਰ ਲੈਂਦੀ ਆ ਮੈਂ ਉਸ ਵੇਲੇ ਕਿੰਨਾ ਵੀ ਸ਼ੋਰ ਹੋਵੇ ਮੈਂ ਮੈਂ ਨਾ ਆਪਣੀ ਕਨਸੈਂਟਰੇਸ਼ਨ ਇਦਾਂ ਬਣਾਈ ਹੁੰਦੀ ਆ ਕਿ ਮੈਨੂੰ ਮੈਂ ਡਿਸਟਰਬ ਨਾ ਹੋਵਾਂ ਮੈਂ ਉੱਥੇ ਉਸ ਸਿਚੁਏਸ਼ਨ ਵਿੱਚ ਰਹਾ ਤੇ ਜੁਵਨਿਟੀ ਚ ਵੀ ਹਾਂ ਤਾਂ ਮੈਂ ਆਪਣੇ ਆਪ ਨੂੰ ਕਨਸੈਂਟਰੇਟ ਕਰਕੇ ਕਿਉਂਕਿ ਆਪਣੇ ਤੁਸੀਂ विदाउट कंसंट्रेशन ਨਹੀਂ ਕਰ ਸਕਦੇ ਟਫ ਸੀਨ ਨਹੀਂ ਕਰ ਸਕਦੇ ਲਾਈਟ ਵਾਲਾ ਕਰ ਲੈ ਕਰ ਸਕਦੇ ਹੋ ਕਿ ਆ ਜਾ ਸਸੀਕਾਲ ਹਾਂ ਬੈਠ ਜਾ ਰੋਟੀ ਖਾ ਲੈ ਕਿੱਥੇ ਚੱਲਾਂ ਕਿੱਥੇ ਚੱਲੀ ਫਿਰ ਵੀ ਹੋ ਜਾਣਗੇ ਬਿਨਾ ਘੱਟ ਕਨਸੈਂਟਰੇਸ਼ਨ ਨਾਲ ਲੇਕਿਨ ਜਿਹੜੇ ਟਫ ਸੀਨ ਹੁੰਦੇ ਆ ਉਹ ਤੁਸੀਂ ਵਿਦਾਊਟ ਕਨਸੈਂਟਰੇਸ਼ਨ ਨਹੀਂ ਕਰ ਸਕਦੇ ਜ਼ਰੂਰੀ ਹੈ ਜਿਵੇਂ ਆਪਾਂ ਗੱਲ ਕਰੀਏ ਨਰਵਸਨੈਸ ਹੁੰਦੀ ਆ ਕੁਝ ਲੋਕਾਂ ਨੂੰ ਉਹਦਾ ਤੋੜ ਕੀ ਹੈ ਨਰਵਸਨੈਸ ਸਾਰਿਆਂ ਨੂੰ ਹੁੰਦੀ ਆ ਲੇਕਿਨ ਬਹੁਤ ਜ਼ਿਆਦਾ ਨਹੀਂ ਹੋਣੀ ਚਾਹੀਦੀ ਥੋੜੀ ਜਿਹੀ ਤਾਂ ਠੀਕ ਹੈ ਹਨਾ ਤਾਂ ਕਿ ਤੁਸੀਂ ਜ਼ਿਆਦਾ ਕਨਸੈਂਟਰੇਟ ਕਰੋ ਉਹਦਾ ਕਾਰਨ ਤਾਂ ਇਹ ਹੈ ਕਿ ਵੀ ਜਿਹੜਾ ਕੈਮਰਾ ਹੈ ਉਹਨੂੰ ਦੇਖ ਕੇ ਅਸੀਂ ਹੁੰਨੇ ਆ ਹਨਾ ਜਾਂ ਕਈ ਲੋਕ ਆਲੇ ਦੁਆਲੇ ਦੀ ਪੀੜ ਦੇਖ ਕੇ ਵੀ ਹੁੰਦੇ ਆ ਖੈਰ ਪੀੜ ਦੇਖ ਕੇ ਵੀ ਹੁੰਦੇ ਆ ਇਹਦਾ ਤੋੜ ਇਹ ਹੈ ਕਿ ਕਨਸੈਂਟਰੇਸ਼ਨ ਤੁਸੀਂ ਉਸ ਵੇਲੇ ਇੱਕ ਆਪਣੇ ਸਾਹਮਣੇ ਦੀਵਾਰ ਬਣਾ ਲਓ ਹਨਾ ਕਿ ਇੱਧਰ ਕੋਈ ਨਹੀਂ ਹੈ ਆਪਣੇ ਆਪ ਨੂੰ ਉਸ ਸਿਚੁਏਸ਼ਨ ਚ ਪਾਓ ਕਿ ਮੈਂ ਇਸ ਸਿਚੁਏਸ਼ਨ ਚ ਹਾਂ ਹਨਾ ਇੱਥੇ ਕੋਈ ਨਹੀਂ ਹੈ ਡਾਇਰੈਕਟਰ ਨਹੀਂ ਹੈ ਪ੍ਰੋਡਿਊਸਰ ਨਹੀਂ ਹੈ ਹਨਾ ਡੀਓਪੀ ਨਹੀਂ ਹੈ ਕੈਮਰਾ ਵੀ ਨਹੀਂ ਹੈ ਜੀ ਬਸ ਮੈਂ ਹਾਂ ਤੇ ਮੇਰੀ ਸਿਚੁਏਸ਼ਨ ਹੈ ਤੇ ਮੇਰੇ ਕੋਲ ਐਕਟਰਸ ਹੈ ਬਸ ਇਹ ਹੀ ਇੱਕ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਕੋਈ ਤਰੀਕਾ ਨਹੀਂ ਹੋਰ ਇਹ ਹੀ ਤਰੀਕਾ ਕਨਸੈਂਟਰੇਸ਼ਨ ਜੋ ਤੁਸੀਂ ਕੈਰੈਕਟਰ ਨਿਭਾਉਨੇ ਹੋ ਕਦੀ ਇਦਾਂ ਹੋਇਆ ਕੋਈ ਕੈਰੈਕਟਰ ਤੁਹਾਡੇ ਨਾਲ ਚਲਾ ਗਿਆ ਤੁਹਾਡੇ ਘਰ ਤੱਕ ਜਦੋਂ ਕੈਰੈਕਟਰ ਨਿਭਾਇਆ ਐਕਚੁਅਲੀ ਸਾਨੂੰ ਸਵਿਚ ਆਨ ਆਫ ਕਰਾਇਆ ਕਰਨਾ ਸਿਖਾਇਆ ਜਾਂਦਾ ਕਿ ਕਿਦਾਂ ਸਵਿਚ ਆਨ ਆਫ ਕਰਨਾ ਆ ਉਹ ਜੇ ਤੁਸੀਂ ਬਹੁਤ ਜ਼ਿਆਦਾ ਕਿਸੇ ਕੈਰੈਕਟਰ ਚ ਵੜ ਜਾਵੋਗੇ ਤੁਹਾਨੂੰ ਨੁਕਸਾਨ ਹੋ ਸਕਦਾ ਉਹਦਾ ਕੋਈ ਐਕਟਰ ਪਾਗਲ ਵੀ ਹੋ ਗਈ ਸੀਗੀ ਵਿਦੇਸ਼ ਵਿੱਚ ਕਿਉਂਕਿ ਉਹ ਬਿਲਕੁਲ ਪਾਗਲ ਦਾ ਕੈਰੈਕਟਰ ਕਰਦੀ ਸੀ ਉਹ ਇੰਨੀ ਉਹਦੇ ਵਿੱਚ ਜ਼ਿਆਦਾ ਇਨਵੋਲਵ ਹੋ ਗਈ ਕਿ ਉਸ ਤੋਂ ਬਾਅਦ ਨਹੀਂ ਆਈ ਇਸ ਲਈ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਸੀਨ ਕੀਤਾ ਉਸ ਤੋਂ ਬਾਅਦ ਸਵਿਚ ਆਫ ਕਰ ਦਿਓ ਥੋੜਾ ਟਾਈਮ ਲੱਗ ਜਾਂਦਾ ਆ ਇਕਦਮ ਤਾਂ ਨਹੀਂ ਹੁੰਦਾ ਥੋੜਾ ਜਿਆ ਠੀਕ ਹੈ ਤੁਸੀਂ ਸਿਨ ਕਰਕੇ ਵੈਨਿਟੀ ਚ ਆਇਓ ਆਪਣਾ ਫਰੈਸ਼ ਹੋ ਜਾਓ ਪਾਣੀ ਪੁਣੀ ਪੀ ਲਓ ਚਾਚੂ ਪੀ ਲਓ ਫਿਰ ਆਪਰੇ ਆਪ ਨੂੰ ਬਾਹਰ ਕੱਢ ਲਓ ਹੈਨਾ ਇਹ ਕੋਣ ਥਿਉਰੀਜ਼ ਹੈ ਸਟੈਨਸ ਟੈਨਿਸਲਾਵਸ ਕੀ ਦੀ ਥਿਉਰੀ ਹੈ ਕਿ ਵੀ ਤੁਸੀਂ ਪੂਰਾ 100% ਆਪਣੇ ਆਪ ਨੂੰ ਇਨਵੋਲਵ ਕਰਨਾ ਹੈ ਉਹਦੇ ਵਿੱਚ ਬ੍ਰੈਖਟ ਕੀ ਕਹਿੰਦੇ ਆ ਕਿ ਹਮੇਸ਼ਾ ਯਾਦ ਰੱਖੋ ਕਿ ਅਸੀਂ ਪਰਫਾਰਮ ਕਰ ਰਹੇ ਹਾਂ ਤੁਸੀਂ ਨਾਟਕ ਕਰ ਰਹੇ ਹੋ ਹੈਨਾ ਅਸੀਂ ਸੱਚੀ ਹੋ ਨਹੀਂ ਹੈਗੇ ਹੈਨਾ ਉਹ ਕੀ ਉਹ ਐਸਲੇ ਹੀ ਆਪਣੇ ਨਾਟਕ ਚ ਕੀ ਕਰਵਾਉਂਦੇ ਸੀ ਕਿ ਇੱਕ ਸੀਨ ਜੇ ਇਮੋਸ਼ਨਲ ਹੈ ਅਗਲਾ ਕੋਮੇਡੀ ਲਾ ਦਿਓ ਹਸਣ ਹਸਣ ਕੱਢਣ ਵਾਲਾ ਲਾ ਦਿਓ ਪੜਕੀਲੀ ਕੋਸਟਮ ਪਹਿਨੋ ਪੜਕੀਲੀ ਅਲਾਈਟਾ ਬ੍ਰਾਈਟ ਤਾਂ ਕਿ ਹਮੇਸ਼ਾ ਯਾਦ ਰਹੇ ਤੁਹਾਨੂੰ ਐਕਟਰ ਨੂੰ ਵੀ ਆਡੀਅנס ਨੂੰ ਵੀ ਹਮੇਸ਼ਾ ਯਾਦ ਰਹੇ ਅਸੀਂ ਨਾਟਕ ਕਰ ਰਹੇ ਆ ਇਹ ਨਾ ਇਨਵੋਲਵ ਨਹੀਂ ਹੋਣਾ ਵਿੱਚ ਲੇਕਿਨ ਸਟੈਨਿਸਲਸ ਕੀ ਦੀ ਥਿਉਰੀ ਹੈ ਲੱਗ ਗਿਆ ਉਹ ਕਹਿੰਦੇ ਇਨਵੋਲਵ ਹੋਣਾ ਤੇ ਇਸ ਲਈ ਸਾਨੂੰ ਨਾਲ ਦੇ ਨਾਲ ਇਹਨਾਂ ਥਿਉਰੀਜ਼ ਜਦੋਂ ਸਾਨੂੰ ਪੜਾਈਆਂ ਜਾਂਦੀਆਂ ਉਹਦੇ ਨਾਲ ਨਾਲ ਇਹ ਵੀ ਸਿਖਾਇਆ ਜਾਂਦਾ ਆ ਕਿ 스위ਚ ਆਨ ਆਫ ਕਿੱਦਾਂ ਕਰੀਦਾ ਬਲਿਸਟੈਨਸ ਉਸਕੀ ਤੇ ਬ੍ਰੈਕਟ ਦੇ ਵਿੱਚ ਮੇਜਰ ਫੈਕਟਰ ਜਿਹੜਾ ਕੀ ਆਪਾਂ ਡਿਫਰੈਂਸ ਇਹ ਹੀ ਆ ਉਹ ਕਹਿੰਦੇ ਪੂਰੀ ਤਰ੍ਹਾਂ ਚਲੇ ਜਾਓ ਉਹ ਕਹਿੰਦੇ ਕੌਨਸ਼ੀਅਸ ਰਹਿਣਾ ਕੱਟ ਕਰੋ ਹਾਂ ਕੱਟ ਕੇ ਕੌਨਸ਼ੀਅਸ ਵੀ ਰਹਿਣਾ ਕਿ ਮੈਂ ਕੌਣ ਹਾਂ 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 ਬਿਲਕੁਲ ਯਾਦ ਰੱਖਣਾ ਕਿ ਮੈਂ ਖੁਦਾ ਆ ਤੇ ਇਹ ਮੈਂ ਸਿਰਫ ਕੈਰੈਕਟਰ ਕਰ ਰਿਹਾ ਹਾਂ ਹਾਂ ਮਤਲਬ ਮੈਂ ਮੈਂ ਮੰਨ ਲਓ ਇੱਕ ਮਦਰ ਦਾ ਕੈਰੈਕਟਰ ਕਰ ਰਹੀ ਹਾਂ ਉਸ ਵੇਲੇ ਠੀਕ ਹੈ ਔਰ ਬੜੀ ਉਸ ਵੇਲੇ 트ੈਜਿਕ ਸੀਨ ਕੀਤਾ ਹੈ ਜੀ ਲੇਕਿਨ ਸਟੈਨਿਸਲੋਸਕੀ ਦੇ ਹਿਸਾਬ ਨਾਲ ਬਿਲਕੁਲ ਉਹੀ ਬਣਨਾ ਹੈ ਹਾਂਜੀ ਬਿਲਕੁਲ ਬ੍ਰੈਕਟ ਦੇ ਹਿਸਾਬ ਨਾਲ ਮੈਨੂੰ ਯਾਦ ਰੱਖਣਾ ਹੈ ਮੈਂ ਪਰਫਾਰਮ ਕਰ ਰਹੀ ਹਾਂ ਐਕਟਿੰਗ ਕਰਨੀ ਹੈ ਜੀ ਚੈਲੰਜ ਐਕਟਰ ਦੇ ਸਾਹਮਣੇ ਐਕਚੁਅਲੀ ਇਹ ਹੁੰਦਾ ਆ ਕਿ ਤੁਸੀਂ ਪਰਫਾਰਮ ਕਰਨਾ ਆ ਆਡੀਅנס ਨੂੰ ਲੱਗਣਾ ਨਹੀਂ ਚਾਹੀਦਾ ਤੁਸੀਂ ਪਰਫਾਰਮ ਕਰ ਰਹੇ ਹੋ ਇਹ ਜਿਹੜਾ ਐਕਟਰ ਇਹ ਕਰ ਲੈਂਦਾ ਉਹਨੂੰ ਵਧੀਆ ਐਕਟਰ ਕਿਹਾ ਜਾਂਦਾ ਕੀ ਤੁਸੀਂ ਪਰਫਾਰਮ ਕੀਤਾ ਜੇ ਆਡੀਅנס ਵਿੱਚੋਂ ਕੋਈ ਵੀ ਆ ਕੇ ਤੁਹਾਨੂੰ ਕਹ ਦੇ ਕਿ ਤੁਸੀਂ ਤਾਂ ਬੜੇ ਰੀਅਲ ਲੱਗ ਰਹੇ ਸੀ ਹਾਂਜੀ ਲੱਗ ਹੀ ਨਹੀਂ ਰਿਹਾ ਸੀ ਤੁਸੀਂ ਪਰਫਾਰਮ ਕਰ ਰਹੇ ਹੋ ਉਹ ਤੁਹਾਡੀ ਅਚੀਵਮੈਂਟ ਹੈ ਅਚੀਵਮੈਂਟ ਹੈਨਾ ਜੇ ਇਹ ਲੱਗ ਗਿਆ ਐਕਟਿੰਗ ਕਰ ਰਹੇ ਆ ਤਾਂ ਫਿਰ ਤਾਂ ਫਿਰ ਫਿਰ ਤੁਸੀਂ ਸਕਸੈਸਫੁਲ ਨਹੀਂ ਹੋ ਜਿਵੇਂ ਨੀਰੂ ਬਾਜਵੜੀ ਨੇ ਕਿਹਾ ਸੀ ਬੁਹੇ ਬਾਰੀਆਂ ਦੇ ਸੈਟ ਤੇ ਹਾਂ ਕਿ ਤੁਸੀਂ ਖੜੇ ਸੀ ਉਹਨਾਂ ਨੇ ਪਛਾਣ ਲਿਆ ਤੁਹਾਨੂੰ ਉਹਨਾਂ ਨੂੰ ਲੱਗਿਆ ਕਿ ਪ੍ਰਿੰਟ ਹੈ ਹਾਂ ਮੈਨੂੰ ਉਹਨਾਂ ਨੇ ਪਛਾਣਿਆ ਨਹੀਂ ਮੈਂ ਸਾਈਕਲ ਲੈ ਕੇ ਖੜੀ ਸੀ ਦੁੱਧ ਦੇ ਡਰਮਾਂ ਵਾਲਾ ਤੇ ਉਹ ਏਦਾਂ ਗੱਲਾਂ ਕਰੀ ਜਾਣ ਕਰੀ ਜਾਣ ਉਹ ਨਹੀਂ ਸੋਚਿਆ ਕਿ ਉੱਦੇ ਕੋਈ ਏਦਾਂ ਹੈ ਹਨਾ ਕੋਈ ਪਿੰਡ ਦਾ ਵਰਕਰ ਹੈ ਹਾਂ ਬਈ ਕੋਈ ਤੇ ਜਦੋਂ ਉਹਨੇ ਧਿਆਨ ਨਾਲ ਏਦਾਂ ਨਜ਼ਰ ਮਿਲ ਜਾਂਦੀ ਆ ਨਾ ਉਹਨਾਂ ਨੇ ਸੱਚੀ ਚੀਖ ਮਾਰੀ ਆਹ ਕਹਿੰਦੇ ਹੋ ਤੁਸੀਂ ਹੋ ਉਹਨਾਂ ਨੇ ਜੱਫੀ ਪਾ ਲਈ ਤੁਸੀਂ ਬਹੁਤ ਰੀਅਲ ਲੱਗ ਰਹੇ ਹੋ ਇਹ ਮੈਨੂੰ ਲੱਗਦਾ ਮੈਂ ਮੈਂ ਕਦੀ ਨਹੀਂ ਸੋਚਿਆ ਕਿ ਮੈਂ ਸਕਰੀਨ ਦੇ ਉੱਤੇ ਸੋਹਣੀ ਲੱਗਾ ਜੀ ਹਨਾ ਮੈਨੂੰ ਇਹ ਲੱਗਦਾ ਹੁੰਦਾ ਮੈਂ ਕੈਰੈਕਟਰ ਲੱਗਦਾ ਕੈਰੈਕਟਰ ਲੱਗਦਾ ਸੋਣਾ ਕੀ ਹੁੰਦਾ ਜੇ ਤੁਸੀਂ ਪਰਫਾਰਮ ਸੋਣਾ ਕਰਦੇ ਹੋ ਤੁਸੀਂ ਸੋਹਣੇ ਲੱਗਦੇ ਹੋ ਹਨ ਲੋਕ ਤੁਹਾਨੂੰ ਪਿਆਰ ਕਰਦੇ ਆ ਬਹੁਤੇ ਐਕਟਰ ਹੁੰਦੇ ਆ ਜਿਹਨਾਂ ਨੂੰ ਲੱਗਦਾ ਸੀ ਸਕਰੀਨ ਤੇ ਸੋਹਣਾ ਦੇਸੀ ਹੈ ਹਨਾ ਜਿੱਥੇ ਮੇਕਅਪ ਦੀ ਨਹੀਂ ਲੋੜ ਉੱਥੇ ਵੀ ਮੇਕਅਪ ਕਰਵਾ ਲੈਂਦੇ ਆ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਜੇ ਰੀਅਲ ਲੱਗਣਾ ਹੈ ਨਾ ਤੇ ਫਿਰ ਰੀਅਲ ਲੱਗੋ ਤੇ ਮਹੋਰ ਵੀ ਬਹੁਤ ਵਾਰੀ ਮੇਰੇ ਨਾਲ ਇਦਾਂ ਹੋਇਆ ਆ ਜੀ ਇੱਕ ਨਾਟਕ ਮੈਂ ਕਰਦੀ ਹੁੰਦੀ ਸੀ ਉਹਦੇ ਵਿੱਚ ਮੈਂ ਕੀ ਕੀਤਾ ਮੈਂ ਕੁਝ ਕੁਝ ਕਰਦੀ ਰਹਿੰਦੇ ਆਪਣੇ ਬਨਉ ਜਿੱਦਾਂ ਕਿ ਮੈਨੂੰ ਕੈਰੈਕਟਰ ਦਿੱਤਾ ਜਲਾਲਪੂਰ ਨੇ ਜੀ ਤੇ ਚੁਗਲੀਆਂ ਕਰਦੀ ਐ ਅੱਛਾ ਜੀ ਤੇ ਮੈਨੂੰ ਲੱਗਿਆ ਕਿ ਕੈਰੈਕਟਰ ਨੂੰ ਇੰਟਰਸਟਿੰਗ ਕਿੱਦਾਂ ਬਣਾਇਆ ਜਾਵੇ ਮੈਂ ਕੀ ਕੀਤਾ ਮੈਂ ਉਹ ਔਰ ਉਸ ਨਾਟਕ ਦੇ ਵਿੱਚ ਮੈਂ ਹੋਰ ਰੋਲ ਵੀ ਕਰਨੇ ਸੀ ਹਨਾ ਕੁਝ ਰਿਚ ਔਰਤ ਦਾ ਕਰਨਾ ਐ ਕੁਝ ਗਰੀਬ ਦਾ ਕਰਨਾ ਕੁਝ ਐਦਾਂ ਕਿ ਕਿ ਨਾਟਕ ਕਿ ਨਾਟਕ ਤੇ ਮੈਂ ਇਸ ਕੈਰੈਕਟਰ ਨੂੰ ਪੂਰਾ ਕਾਲਾ ਬਣਾ ਲਿਆ ਮੈਂ ਨਾ ਪੂਰਾ ਆਪਣਾ ਮੇਕਅਪ ਇੱਦਾਂ ਕਰਦੀ ਸੀ ਪੈਰ ਵੀ ਕਾਲੇ ਕਰ ਲੈਂਦੀ ਸੀ ਹੱਥ ਜਿੰਨੇ ਵੀ ਬਾਹਰ ਸੀਗੇ ਹੱਥ ਇਹ ਪੂਰਾ ਤੇ ਲਿਪਸਟਿਕ orange ਕਲਰ ਦੀ ਔਰ ਇੱਕ ਦੰਦ ਵੀ ਕਾਲਾ ਕਰ ਲਿਆ ਹੈ orange ਰੰਗ ਦਾ ਸਿੰਧੂਰ ਪਾ ਲਿਆ ਜੀ ਤੇ ਆਪਣੇ ਕੀ ਕਹਿੰਦੇ ਡਾਇਰੈਕਟਰ ਆਏ ਬੈਕਸਟੇਜ ਤੇ ਉਹਨਾਂ ਨੇ ਨਹੀਂ ਮੈਨੂੰ ਪਛਾਣਿਆ ਔਰ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਆ ਕਰਨ ਵਾਲੀ ਆ ਉਹ ਫ੍ਰੀडम ਦਿੰਦੇ ਸੀ ਅਨਕੁਲ ਜੀ ਪੂਰੀ ਫ੍ਰੀडम ਤੇ ਉਹਦਾ ਚੀਫ ਤੇ ਅਨੁਰਜੀ ਸੀਗੇ ਤੇ ਕਹਿੰਦੇ ਇਹ ਕੌਣਾ ਅਨੁਰਜੀ ਕਹਿੰਦੇ ਇਹ ਕੌਣਾ ਹੈ ਠੀਕ ਠੀਕ ਕਹਿੰਦੇ ਬਲਜਿੰਦਰ ਹੈ ਕਹਿੰਦੇ ਹੈ ਨਹੀਂ ਮਤਲਬ ਉਹਨਾਂ ਨੇ ਮੈਂ ਚਾਹ ਲੈਣ ਗਈ ਹਾਂਜੀ ਉਹ ਜਿਹਦਾ ਚਾਹ ਰੱਖੀ ਹੁੰਦੀ ਹੈ ਸਾਰੇ ਆਪਣੇ ਆਪਣੇ ਪਾਈ ਜਾਂਦੇ ਪੀ ਜਾਂਦੇ ਨੇ ਤੇ ਉੱਥੇ ਦੋ ਚਾਰ ਲੋਕ ਹੋਰ ਵੀ ਸੀਗੇ ਤੋਂ ਚਾਹ ਦੇਣ ਵਾਲਾ ਕਹਿੰਦਾ ਤੂੰ ਬਾਅਦ ਚਾਹੋ ਅਚਾਨੀ ਮਨ ਲੱਗਿਆ ਕਿ ਕੋਈ ਮਤਲਬ ਵਰਕਰ ਹੈ ਜਿਹੜੀ ਮਤਲਬ ਟਾਇਲਟ ਵਗੈਰਾ ਸਾਫ ਕਰਦੀ ਹੈ ਇਦਾਂ ਮਤਲਬ ਉਹ ਹੈ ਕਿ ਉਹਨੇ ਮੈਨੂੰ ਪਿੱਛੇ ਕਰਤਾ ਕਹਿੰਦਾ ਮੈਂ ਹੱਸਣ ਲੱਗ ਗਈ ਸਾਰੇ ਹੱਸਣ ਲੱਗੇ ਸਾਰੇ ਐਕਟਰਸ ਨੂੰ ਤਾਂ ਪਤਾ ਸੀ ਨਾ ਕਿ ਨਾ ਸਾਹਮਣੇ ਮੈਂ ਤਿਆਰ ਹੋਈ ਤੇ ਉਹ ਹੱਸਣ ਲੱਗੇ ਸਾਰੇ ਤੇ ਉਹਨਾਂ ਨੇ ਦੱਸਿਆ ਕਹਿੰਦਾ ਕੋਈ ਨਹੀਂ ਰਹਿਣ ਦਿੰਨੂ ਇਹਨੂੰ ਪਲੇਖੇ ਚ ਹੀ ਰਹਿਣ ਦੇ ਉਹਨਾਂ ਲੱਗਿਆ ਕਿ ਉਹ ਸਫਾਈ ਕਰਨ ਵਾਲੀ ਹੈ ਤੇ ਇਦਾਂ ਮੇਰੇ ਨਾਲ ਬਹੁਤ ਵਾਰ ਹੋਇਆ ਮੈਂ ਕੀ ਕਰਦੀ ਜੇ ਮੈਨੂੰ ਕਈ ਵਾਰ ਕੋਸਟਿਊਮ ਮਿਲ ਜਾਂਦੀ ਹੈ ਬਹੁਤ ਸਾਫ ਸੁਥਰੀ ਮੈਨੂੰ ਲੱਗਦਾ ਮੈਨੂੰ ਆਪਣੇ ਆਪ ਨੂੰ ਲੱਗਦਾ ਨਹੀਂ ਇਹ ਕੈਰੈਕਟਰ ਨਾਲ ਨਹੀਂ ਜਾ ਰਹੀ ਮੈਂ ਆਪੇ ਹੀ ਮੈੜੀ ਕਰ ਲੈਣੀ ਹੁੰਦੀ ਆ ਜੀ ਹਾਂ ਬੈੜੀ ਕੁਚੜੀ ਕੁਚੰਬਰ ਪਾਊਡਰ ਹੁੰਦਾ ਜੇ ਨਾ ਆਪਾਂ ਕੱਪੜੇ ਮੈੜੇ ਕਰੀਦੇ ਆ ਹਾਂਜੀ ਤੇ ਇੱਕ ਹੁਣੇ ਫਿਲਮ ਆਪਾਂ ਕੀਤੀ ਚੇਤਾ ਸਿੰਘ ਹਾਂਜੀ ਇਹ ਦੇ ਇਹਦਾ ਸ਼ੂਟ ਸੀਗਾ ਤੇ ਪਹਿਲਾ ਦਿਨ ਸੀ ਮੇਰਾ ਸ਼ੂਟ ਤੇ ਉਹ ਕੀ ਸੀਗਾ ਕਿ ਉਹਦੇ ਵਿੱਚ ਨਾ ਮੇਰਾ ਕੈਰੈਕਟਰ ਜਿਹੜਾ ਸੀ ਨਾ ਉਹ ਉਦੋਂ ਤੱਕ ਬਹੁਤ ਉਹ ਔਰਤ ਅਪਸੈਟ ਹੋ ਚੁੱਕੀ ਆ ਉਹਨੂੰ ਕੋਈ ਹੋਸ਼ ਨਹੀਂ ਆ ਮੈੜੀ ਕੁਚੜੀ ਮੈਨੂੰ ਜਿਹੜਾ ਸੌਲ ਮਿਲਿਆ ਉਹ ਥੋੜਾ ਨਾ ਸਾਫ ਸੁਥਰਾ ਲੱਗਦਾ ਸੀ ਤੇ ਡਾਇਰੈਕਟਰ ਨੇ ਕਿਹਾ ਕਿ ਇਹ ਠੀਕ ਨਹੀਂ ਲੱਗ ਰਿਹਾ ਕੁਛ ਨਾ ਉਸ ਵੇਲੇ ਲਾਈਟ ਜਾ ਰਹੀ ਸੀ ਸ਼ਾਮ ਦੀ ਤਾਂ ਸਾਨੂੰ ਸੀ ਕਿ ਜਲਦੀ ਸੀਨ ਕਰਨਾ ਉਥੇ ਨਾ ਇੱਕ ਬਾਬਾ ਸੀ ਬਾਬੇ ਨੇ ਲੋਈ ਲਈ ਸੀ ਬ੍ਰਾਊਨ ਜੇ ਕਲਰ ਦੀ ਡਾਇਰੈਕਟਰ ਨੇ ਦੀ ਨਜ਼ਰ ਪਾ ਕੇ ਕਹਿੰਦੇ ਉਹ ਚਾਹੀਦੀ ਹੈ ਉਥੋਂ ਫੜ ਕੇ ਲਿਆਂਦੀ ਮੈਂ ਉਹ ਲੈ ਕੇ ਸੀਨ ਕਰਤਾ ਸੀਨ ਬਹੁਤ ਵਧੀਆ ਹੋ ਗਿਆ ਸਾਰਾ ਕੁਝ ਜਿਵੇਂ ਸੀਨ ਸੂਨ ਕਰਕੇ ਮੈਂ ਵੈਨਿਟੀ ਚ ਆਈ ਉਸ ਲੋਈ ਚ ਇੰਨੀ ਜ਼ਿਆਦਾ ਬਦਬੂ ਆ ਰਹੀ ਸੀ ਏਦਾਂ ਲੱਗਦਾ ਸੀ ਕਈ ਸਾਲਾਂ ਤੋਂ ਲੋਈ ਧੋਤੀ ਨਾ ਹੋਵੇ ਲੇਕਿਨ ਉਸ ਵੇਲੇ ਮੈਨੂੰ ਨਹੀਂ ਬਦਬੂ ਆਈ ਮੈਨੂੰ ਕੁਝ ਨਹੀਂ ਲੱਗਿਆ ਕੋਈ স্মੈਲ ਨਹੀਂ ਆਈ ਕਰਕਰ ਦਿੱਤਾ ਕਰੈਕਟਰ ਵਿੱਚ ਸੀ ਨਾ ਕਰੈਕਟਰ ਵਿੱਚ ਸੀਗੇ ਹਣਾ ਤੇ ਇਹੀ ਹੁੰਦਾ ਮੈਨੂੰ ਲੱਗਦਾ ਹੈ ਕਿ ਕਰੈਕਟਰ ਦੇ ਨਾਲ ਜਸਟੀਫਾਈ ਕਰੋ ਏਦਾਂ ਨਹੀਂ ਕਿ ਵੀ ਮੈਂ ਸੋਹਣਾ ਲੱਗਣਾ ਆ ਹਣਾ ਔਰ ਮੈਨੂੰ ਕੋਸਟਿਮ ਵਧੀਆ ਵਧੀਆ ਦਿੱਤੀ ਜਾਵੇ ਕਾਸਟਮ ਕੈਰੈਕਟਰ ਦੇ ਹਿਸਾਬ ਨਾਲ ਹੀ ਹੋਣੀ ਹੋਣੀ ਚਾਹੀਦੀ ਹੈ ਹਨਾ ਸਾਨੂੰ ਤੇ ਐਨਐਸਡੀ ਚ ਕਾਸਟਮ ਡਿਜ਼ਾਈਨ ਵੀ ਕਾਫੀ ਹੱਦ ਤੱਕ ਮਨਮਸਖਾ ਦਿੰਦੇ ਆ ਸਾਡੀਆਂ ਕਲਾਸਾਂ ਹੁੰਦੀਆਂ ਆ ਇਸ ਲਈ ਸਾਨੂੰ ਕਈ ਵੇਲੇ ਲੱਗਦਾ ਹੁੰਦਾ ਕੈਰੈਕਟਰ ਦੇ ਨਾਲ ਨਹੀਂ ਜਾਰੀ ਕਾਸਟਮ ਹਨਾ ਤੇ ਫਿਰ ਆਪਾਂ ਆਪੇ ਕੁਝ ਕੋਸ਼ਿਸ਼ ਉਹਦਾ ਕਰ ਲਈਏ ਚੇਂਜ ਕਰ ਲਈਏ ਤੁਛੇ ਦਾ ਚੇਤਾ ਸਿੰਘ ਦੇ ਵਿੱਚ ਪ੍ਰਿੰਸ ਕਮਲਜੀਤ ਉਹਨਾਂ ਨੇ ਕੰਮ ਕੀਤਾ ਬਲਕਿ ਉਹਨਾਂ ਦੀ ਐਕਟਿੰਗ ਵੀ ਦੇਖਿਆ ਜਾਵੇ ਬੜੀ ਸੋਹਣੀ ਐਕਟਿੰਗ ਕਰਦੇ ਬਹੁਤ ਵਧੀਆ ਕੀਤਾ ਬਹੁਤ ਉਹਨਾਂ ਨੇ ਕੰਮ ਕਰਨਾ ਕਿਦਾਂ ਦਾ ਤੁਹਾਨੂੰ ਲੱਗਦਾ ਬਹੁਤ ਵਧੀਆ ਮੈਂ ਉਹਨਾਂ ਦੇ ਨਾਲ ਐਕਚੁਅਲੀ ਇਹ ਮੇਰੀ ਪਹਿਲੀ ਫਿਲਮ ਨਹੀਂ ਸੀ ਜੇਤਾ ਸਿੰਘ ਮੈਂ ਉਹ ਵਰਨਿੰਗ ਦੇ ਵਿੱਚ ਉਹਨਾਂ ਦੀ ਮਦਦ ਦਾ ਕੀਤਾ ਹੁਣ ਵਰਨਿੰਗ 2 ਆਏਗੀ ਉਹ ਚ ਵੀ ਮਦਦ ਦਾ ਪਹਿਲਾਂ ਸੁਰਖੀਬਿੰਦੀ ਚ ਵੀ ਉਹ ਸੀਗੇ ਹਾਂਜੀ ਹੈਨਾ ਤੇ ਲੇਕਿਨ ਜਿਆਦਾ ਵੱਡਾ ਕੰਮ ਕਰਨ ਨੂੰ ਇਸ ਫਿਲਮ ਚ ਮਿਲਿਆ ਬਹੁਤ ਵਧੀਆ ਐਕਟਰ ਹੈ ਉਹ ਲਿਖਦੇ ਵੀ ਹੈ ਬਹੁਤ ਵਧੀਆ ਰਾਈਟਰ ਵੀ ਹੈ ਹੈਨਾ ਬਹੁਤ ਵਧੀਆ ਇਨਸਾਨ ਵੀ ਹੈ ਉਹਨਾਂ ਨੂੰ ਜਦੋਂ ਡਾਇਲੋਗ ਹੁੰਦੇ ਆ ਉਹਨਾਂ ਨੂੰ ਵੀ ਜਿਦਾ ਮੇਰੇ ਵਾਂਗੂ ਨਾ ਕੁਝ ਕੁਝ ਲੱਗਦਾ ਰਹਿੰਦਾ ਕਿ ਬਈ ਜੇ ਐ ਨਹੀਂ ਤਾਂ ਐ ਹੋਵੇ ਹੈਨਾ ਤੇ ਵੀ ਪਰਫੈਕਸ਼ਨ ਦੇ ਲੈਵਲ ਤੱਕ ਪਹੁੰਚਣ ਦੀ ਕੋਸ਼ਿਸ਼ ਹੁੰਦੀ ਆ ਉਹਨਾਂ ਦੇ ਵੀ ਹੈਨਾ ਬਹੁਤ ਵਧੀਆ ਐਕਟਰ ਹੈ ਮਤਲਬ ਅਸੀਂ ਪ੍ਰੋਮੋਸ਼ਨ ਕਰ ਰਹੇ ਸੀ ਚੇਤਾ ਸਿੰਘ ਦੀ ਜਦੋਂ ਲੋਕ ਬਹੁਤ ਪਿਆਰ ਕਰਦੇ ਉਹਨਾਂ ਦਾ ਮਤਲਬ ਐਂਟਰ ਕਰਦੇ ਸੀ ਅਸੀਂ ਹਾਲ 'ਚ ਜਿੱਦਾਂ ਤੇ ਪਹਿਲੇ ਡਾਇਲੋਗ ਆ ਜਾਂਦੇ ਸੀ ਵੀਰੇ ਪੰਮਾ ਬੋਲਦਾ ਹੈਨਾ ਬਹੁਤ ਪਿਆਰ ਕਰਦੇ ਔਰ ਬਹੁਤ ਵਧੀਆ ਐਕਟਰ ਹੈ ਇnsan bhi bahut acche hain. ਤੇ ਤੁਹਾਡੇ ਹਿਸਾਬ ਨਾਲ ਸਾਡੀ ਇੰਡਸਟਰੀ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਕੰਟੈਂਟ ਜਿਹੜਾ ਪਬਲਿਕ ਨੂੰ ਪਹੁੰਚਣਾ ਚਾਹੀਦਾ ਕਿ ਸਾਡੀਆਂ ਫਿਲਮਾਂ ਵੀ ਇੰਟਰਨੈਸ਼ਨਲ ਲੈਵਲਸ ਤੱਕ ਜਾ ਚੜਨ। ਕੰਟੈਂਟ ਦੇਖੋ ਹਰ ਤਰ੍ਹਾਂ ਦਾ ਹੀ ਵਧੀਆ ਹੁੰਦਾ ਆ। ਕੋਮੇਡੀ ਵੀ ਲੋਕਾਂ ਨੂੰ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਲਾਈਫ ਹੋ ਗਈ ਹੈ, ਫਰਸਟ੍ਰੇਸ਼ਨ, ਡਿਪਰੈਸ਼ਨ, ਉਹਦੇ ਵਿੱਚ ਕੋਮੇਡੀ ਵੀ ਜ਼ਰੂਰੀ ਹੈ। ਹੈਨਾ? ਲੇਕਿਨ ਕੋਮੇਡੀ ਤੇ ਫਾਰਸ ਦੇ ਵਿੱਚ ਫਰਕ ਹੁੰਦਾ ਹੈ। ਹਾਂਜੀ। ਕੋਮੇਡੀ ਹਾਈ ਲੈਵਲ ਦੀ ਹੁੰਦੀ ਹੈ ਫਾਰਸ ਲੋਅਰ ਲੈਵਲ ਦਾ ਹੁੰਦਾ ਹੈ ਕੀ ਫਾਰਸ ਹੁੰਦਾ ਆ ਕੀ ਕੁਝ ਵੀ ਕਰਕੇ ਲੋਕਾਂ ਨੂੰ ਹਸਾਉਣਾ ਭਾਵੇਂ ਪੁੱਠੀਆਂ ਛਾਲਾਂ ਮਾਰਨੀਆਂ ਪੈਣ ਉਹ ਫਾਰਸ ਹੈ ਕੋਮੇਡੀ ਹਾਇਰ ਲੈਵਲ ਦੀ ਹੁੰਦੀ ਹੈ ਜਿੱਦਾਂ ਸਿਚੁਏਸ਼ਨਲ ਕੋਮੇਡੀ ਕਹਿ ਦਿੰਨੇ ਆਪਾਂ ਕਿ ਸਿਚੁਏਸ਼ਨ ਤੋਂ ਹੀ ਤੁਹਾਨੂੰ ਹਸਾ ਰਿਹਾ ਹੈ ਨਾ ਸਿਚੁਏਸ਼ਨ ਇਸ ਤਰ੍ਹਾਂ ਦੀ ਬਣਾਉਣ ਲਈ ਬੰਦਾ ਉਹਦੇ ਵਿੱਚ ਕੁਝ ਵੀ ਘਟਿਆ ਨਹੀਂ ਹੈ ਹਾਂਜੀ ਮਤਲਬ ਇਦਾਂ ਦਾ ਨਹੀਂ ਹੈ ਕਿ ਵੀ ਲੋਕਾਂ ਨੂੰ ਲੱਗੇ ਕਿ ਉਹ ਇਹ ਕੀ ਹੈ ਨਾ ਇਦਾਂ ਨਹੀਂ ਕੋਮੇਡੀ ਮਤਲਬ ਹੋਣੀ ਚਾਹੀਦੀ ਹੈ ਲੇਕਿਨ ਹਾਂ ਮਤਲਬ ਕਮੇਡੀ ਨੂੰ ਹਾਈ ਲੈਵਲ ਦਾ ਮੰਨਿਆ ਗਿਆ ਆ ਉਸ ਲੈਵਲ ਦੀ ਹੋਣੀ ਚਾਹੀਦੀ ਹੈ ਤੇ ਹੋਣੀ ਚਾਹੀਦੀ ਹੈ ਕਮੇਡੀ ਲਾਈਫ ਦੇ ਵਿੱਚ ਲੋਕਾਂ ਨੂੰ ਹੱਸਣਾ ਵੀ ਜ਼ਰੂਰੀ ਹੈ ਹੈਨਾ ਤੇ ਜੇ ਸੀਰੀਅਸ ਫਿਲਮਾਂ ਦੀ ਗੱਲ ਕਰੀਏ ਉਹਦੇ ਵਿੱਚ ਵੀ ਕੰਟੈਂਟ मीनिंगफुल ਹੋਣਾ ਚਾਹੀਦਾ ਹੈ ਹੈਨਾ ਮੈਸੇਜ ਦੇਵੇ ਫਿਲਮ ਜ਼ਰੂਰ ਐਂਟਰਟੇਨਮੈਂਟ ਐਂਟਰੇਨ ਵੀ ਕਰੇ ਲੋਕਾਂ ਨੂੰ ਜੀ ਤੇ ਮੈਸੇਜ ਵੀ ਦੇਵੇ ਹੈਨਾ ਤੇ ਬਾਕੀ ਮੈਨੂੰ ਲੱਗਦਾ ਹੈ ਕਿ ਹੁਣ ਵਧੀਆ ਕੰਟੈਂਟ ਆਉਣ ਲੱਗ ਪਿਆ ਪਹਿਲਾਂ ਵੀ ਆਇਆ ਹੈ ਐਸਾ ਨਹੀਂ ਪਹਿਲਾਂ ਨਹੀਂ ਆਇਆ ਹੁਣ ਲੈਵਲ ਹੋਰ ਉੱਚਾ ਹੋ ਗਿਆ ਪੰਜਾਬੀ ਸਿਨੇਮਾ ਦਾ ਕਿ ਲੋਕ ਗੱਲਾਂ ਕਰਦੇ ਆ ਇਹਦੇ ਬਾਰੇ ਪੰਜਾਬੀ ਫਿਲਮਾਂ ਬਾਰੇ ਡਿਸਕਸ ਕਰਦੇ ਆ ਹੈਨਾ ਤੇ ਮੈਨੂੰ ਲੱਗਦਾ ਹੈ ਕਿ ਜੇ ਸਭ ਲੋਕ ਮਿਲ ਕੇ ਐਫਰਟ ਕਰਨ ਹੈਨਾ রাইਟਰਸ ਡਾਇਰੈਕਟਰਸ ਪ੍ਰੋਡਿਊਸਰਸ ਕੀ ਅੱਛਾ ਕੰਟੈਂਟ ਕੰਟੈਂਟ ਲੱਕੇ ਸਾਹਮਣੇ ਆਉ ਤਾਂ ਵਧੀਆ ਹੋਰ ਵਧੀਆ ਲੈਵਲ ਹੋ ਜਾਏਗਾ ਪੰਜਾਬੀ ਫਿਲਮਾਂ ਦਾ ਹੋ ਵੀ ਚੁੱਕਾ ਤੇ ਕੋਈ ਡ੍ਰੀਮ ਰੋਲ ਹੈ ਤੁਹਾਡਾ ਕੀ ਕਿਸੇ ਤਰ੍ਹਾਂ ਦਾ ਕੋਈ ਰੋਲ ਦਿਮਾਗ 'ਚ ਹੋਵੇ ਕਿ ਇਸ ਤਰ੍ਹਾਂ ਦਾ ਮੈਂ ਰੋਲ ਕਦੀ ਕਰਨਾ ਮੈਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਐਕਟਰ ਨੂੰ ਹਰ ਤਰ੍ਹਾਂ ਦੇ ਰੋਲ ਮਿਲਣੇ ਚਾਹੀਦੇ ਆ ਹਨਾ ਕਿ ਬੰਦਾ ਟਾਈ ਜਿਆ ਹੋ ਕੇ ਦਾ ਟਾਈਪ ਕਾਸਟ ਹੋ ਕੇ ਨਾਰਾਜਾ ਵੇ ਹਾਲਾਂਕਿ ਮੈਨੂੰ ਹੁਣ ਮਿਲਦੇ ਆ ਜੀ ਮੈਨੂੰ ਕਈ ਵਾਰੀ ਬੜੇ ਸੈਂਸਿਟਿਵ ਇਮੋਸ਼ਨਲ ਕੈਰੈਕਟਰ ਮਿਲ ਜਾਂਦੇ ਆ ਟਫ ਵਾਲੇ ਕੈਰੈਕਟਰ ਕਈ ਵਾਰੀ ਮੈਨੂੰ ਹੁਣ ਕਾਮੇਡੀ ਵਾਲੇ ਵੀ ਮਿਲਣ ਲੱਗ ਗਏ ਆ ਫਿਰ ਮੈਨੂੰ ਬੜੀ ਕੱਬੀ ਔਰਤ ਵਾਲੇ ਵੀ ਮਿਲਣ ਲੱਗ ਗਏ ਆ ਕੁਝ ਫਿਲਮਾਂ ਮੇਰੀਆਂ ਹੋਣੀਆਂ ਰਿਲੀਜ਼ ਅਜੇ ਜੀ ਜੀ ਹੋਣੀਆਂ ਆ ਤੇ ਮੈਨੂੰ ਹੁਣ ਹਰ ਤਰ੍ਹਾਂ ਦੇ ਕੈਰੈਕਟਰ ਮਿਲਣ ਲੱਗ ਗਏ ਆ ਉੱਥੋਂ ਹੀ ਬੰਦੇ ਦਾ ਕੈਲੀਬਰ ਪਤਾ ਲੱਗਦਾ ਆ ਹਨਾ ਇੱਕੋ ਤਰ੍ਹਾਂ ਦੇ ਕੈਰੈਕਟਰ ਕਰਨ ਨਾਲ ਨਹੀਂ ਪਤਾ ਲੱਗਦਾ ਬੰਦੇ ਨੂੰ ਹਰ ਤਰ੍ਹਾਂ ਦਾ ਮੌਕਾ ਮਿਲਣਾ ਚਾਹੀਦਾ ਆ ਹਨਾ ਤੇ ਖੈਰ ਮੈਂ ਤਾਂ ਥੈਂਕਫੁਲ ਆ ਕਿ ਮੈਨੂੰ ਮਿਲ ਰਹੇ ਆ ਜੀ ਔਰ ਆਉਣ ਵਾਲੇ ਪ੍ਰੋਜੈਕਟ ਕਿਹੜੇ-ਕਿਹੜੇ ਨੇ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕਈ ਫਿਲਮਾਂ ਆ ਜਿਹੜੀਆਂ ਰਿਲੀਜ਼ ਹੋਣੀਆਂ ਇੱਕ ਤਾਂ ਬਾਲੀਵੁੱਡ ਫਿਲਮ ਹੈ ਇਹ ਅਮਰ ਪ੍ਰੇਮ ਜੀ ਉਹਦੇ ਵਿੱਚ ਮੈਂ ਸੰਨੀ ਸਿੰਘ ਦੀ ਦਾਦੀ ਦਾ ਕਰੈਕਟਰ ਕੀਤਾ ਹੈ ਉਹਦੇ ਵਿੱਚ ਇਦਾਂ ਦਿਖਾਇਆ ਕਿ ਪੇਰੈਂਟਸ ਉਹਦੇ ਨਹੀਂ ਹੈ ਹਾਂਜੀ ਤੇ ਦਾਦੀ ਨੇ ਪਾਲਿਆ ਜੀ ਉਹ ਕਰੈਕਟਰ ਹੈ ਬਹੁਤ ਸੋਹਣੀ ਫਿਲਮ ਹੈ ਔਰ ਮੇਰਾ ਬਹੁਤ ਵਧੀਆ ਕਰੈਕਟਰ ਹੈ ਜੀ ਮਤਲਬ ਕੁਝ ਸੀਨਸ ਨੂੰ ਛੱਡ ਕੇ ਹਰ ਫਰੇਮ 'ਚ ਮੈਂ ਜੀ ਜੀ ਹਾਂ ਮੇਜਰ ਤੇ ਇਹ ਇਹ ਤਾਂ ਬਾਲੀਵੁੱਡ ਮੇਰੀ ਰਿਲੀਜ਼ ਹੋਣੀ ਬਾਲੀਵੁੱਡ ਕਈ ਹੋਰ ਵੀ ਹੈਗੀਆਂ ਜਿਹੜੀਆਂ ਹਜੇ ਰਿਲੀਜ਼ ਹੋਣੀਆਂ ਆ ਉਹਨਾਂ ਵਿੱਚ ਜਿੱਦਾਂ ਜਿੱਦਾਂ ਇੱਕ ਫਿਲਮ ਹੈਗੀ ਹੈ ਉਹਦਾ ਨਾਮ ਸ਼ਾਇਦ ਚੇਂਜ ਹੋ ਗਿਆ ਹੈ ਜਾਂ ਉਹ ਹੀ ਜਾਂ ਪਤਾ ਨਹੀਂ ਦਰ ਐਪੀਸਟ ਕਰਕੇ ਅਪਰਨਾ ਸੇਨ ਮੈਮ ਧੀ ਹੈ ਉੱਚ ਵੀ ਮੇਰਾ ਹੈਗਾ ਕੈਰੈਕਟਰ ਹੋਰ ਹੋਰ ਇੱਕ ਦੀ ਹੋਰ ਵੀ ਹੈਗੀ ਹੈ ਨਾਮ ਕਈ ਵਾਰ ਚੇਂਜ ਹੋ ਜਾਂਦੇ ਪਹਿਲਾਂ ਜਿੱਦਾਂ ਇੱਕ ਮੇਰੀ ਵੈਬ ਸੀਰੀਜ਼ ਆਈ ਸੀ ਉਹਦਾ ਨਾਮ ਪਹਿਲਾਂ ਕੁਝ ਹੋਰ ਸੀ ਜੋ ਰਿਲੀਜ਼ ਹੋਈ ਉਹਦਾ ਨਾਮ ਹੋਰ ਹੋ ਗਿਆ ਹੈਨਾ ਤੇ ਹੁਣ ਮੈਨੂੰ ਕੋਈ ਵੈਬ ਸੀਰੀਜ਼ ਵੀ ਪਿੱਛੇ ਜੇ ਮੈਂ ਕੀਤੀ ਸੀਗੀ ਮੈਨੂੰ ਹੁਣ ਧਿਆਨ ਨਹੀਂ ਆ ਰਿਹਾ ਤੇ ਪੰਜਾਬੀ ਫਿਲਮਾਂ ਜਿਹੜੀਆਂ ਮੇਰੀਆਂ ਇੱਕ ਫਿਲਮ ਹੁਣ ਆਉਣ ਵਾਲੀ ਹੈ ਡੀਅਰ ਜੱਸੀ ਉਹਦੇ ਡਾਇਰੈਕਟਰ ਨੇ ਤਰਸੀਮ ਸਿੰਘ ਉਹਨਾਂ ਨੇ ਅੱਜ ਤੱਕ ਸਾਰੀਆਂ ਆਪਣੀਆਂ ਜੋ ਫਿਲਮਾਂ ਕੀਤੀਆਂ ਹਾਲੀਵੁੱਡ ਨੇ ਅੱਛਾ ਜੀ ਹਾਂ ਇਹ ਪਹਿਲੀ ਫਿਲਮੋਂ ਕਰ ਰਹੇ ਇੰਡੀਅਨ ਲਾਉ ਪੰਜਾਬੀ ਹੈ ਉਹ ਸਬਟਾਈਟਲਸ ਦੇ ਨਾਲ ਹਰ ਜਗ੍ਹਾ ਰਿਲੀਜ਼ ਹੋਏਗੀ ਹੁਣ ਉਹ ਫੈਸਟੀਵਲਸ ਵਿੱਚ ਘੁੰਮ ਰਹੀ ਹੈ ਐ ਟੋਰਾਂਟੋ ਫਿਲਮ ਫੈਸਟੀਵਲ ਚ ਜਾ ਚੁੱਕੀ ਹੈ ਨਾ ਬਹੁਤ ਸਾਰੇ ਅਵਾਰਡ ਜਿੱਤ ਰਹੀ ਹੈ ਤੇ ਐ ਬਾਕੀ ਪਹਿਲਾਂ ਤੋਂ ਮੈਨੂੰ ਬਹੁਤ ਕੁਝ ਨਹੀਂ ਕਹਿਣਾ ਚਾਹੀਦਾ ਉਸ ਫਿਲਮ ਬਾਰੇ ਮਤਲਬ ਬਹੁਤ ਵੱਡੇ ਫੈਸਟੀਵਲਸ ਵਿੱਚ ਉਹ ਫਿਲਮ ਜਾ ਰਹੀ ਹੈ ਤੇ ਇੱਥੇ ਵੀ ਰਿਲੀਜ਼ ਹੋਏਗੀ ਯੂਥ ਨੂੰ ਕੋਈ ਮੈਸੇਜ ਹੀ ਦੇਣਾ ਚਾਹੁੰਗੇ ਜਿਹੜੇ ਅੱਜ ਕੱਲ ਥੀਏਟਰ ਪਰਸੂ ਕਰਦੇ ਪਏ ਨੇ ਯੋਤ ਨੂੰ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਅੱਜਕਲ ਬੱਚੇ ਕਈ ਵਾਰੀ ਨਾ ਸ਼ਾਰਟਕਟ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਨਹੀਂ ਕਰਨਾ ਮੈਨੂੰ ਇਹ ਲੱਗਦਾ ਹੈ ਕਿ ਮਿਹਨਤ ਕਰੋ ਹੋਰ ਕੋਈ ਸ਼ਾਰਟਕਟ ਨਹੀਂ ਹੁੰਦਾ ਮਿਹਨਤ ਕਰਨਾ ਜ਼ਰੂਰੀ ਹੈ ਜਿਦਾਂ ਬਚਪਨ ਚ ਪੜਦੇ ਹੁੰਦੇ ਸੀ ਨਾ ਮਿਹਨਤ ਸਫਲਤਾ ਦੀ ਕੁੰਜੀ ਹੈ ਬਸ ਉਹੀ ਹੈ ਮੈਂ ਤਾਂ ਆਪਣੇ ਐਕਸਪੀਰੀਅੰਸ ਨਾਲ ਕਹਿੰਨੀ ਆ ਕਿ ਉਹੀ ਹੈ ਹੋਰ ਕੋਈ ਚੀਜ਼ ਤੁਹਾਡੇ ਕੰਮ ਨਹੀਂ ਆਉਣੀ ਨਾ ਤਾਂ ਤੁਹਾਨੂੰ ਕੋਈ ਧੱਕੇ ਨਾਲ ਕੰਮ ਦਿਵਾ ਸਕਦਾ ਆ ਨਾ ਇਸ ਤਰ੍ਹਾਂ ਦੇ ਤੁਸੀਂ ਸੁਪਨੇ ਦੇਖੋ ਕਿ ਕਿਸੇ ਦੀ ਚਮਚਾਗਿਰੀ ਕਰਾਂਗੇ ਤਾਂ ਸਾਨੂੰ ਰੋਲ ਮਿਲ ਜਾਊਗਾ ਤੁਸੀਂ ਜੇ ਡਿਸਰਵ ਕਰਦੇ ਹੋ ਤੁਹਾਨੂੰ ਰੋਲ ਮਿਲ ਜਾਏਗਾ ਹੈਨਾ ਤੁਸੀਂ ਜਿੰਨਾ ਮਿਲਦਾ ਉਹਨੂੰ ਇਮਾਨਦਾਰੀ ਨਾਲ ਕਰੋ ਆਪਣਾ 100% ਉਹਦੇ ਵਿੱਚ ਲਗਾਓ ਹੈ ਨਾ ਇਹ ਨਾ ਸੋਚੋ ਕਿ ਮੈਨੂੰ ਹੀਰੋ ਦਾ ਹੀ ਮਿਲੇਗਾ ਤਾਂ ਮੈਂ ਕਰਾਂਗਾ ਹੀਰੋਇਨ ਦਾ ਹੀ ਮਿਲੇਗਾ ਤਾਂ ਮੈਂ ਕਰਾਂਗੀ ਇਦਾਂ ਨਹੀਂ ਛੋਟਾ ਕੈਰੈਕਟਰ ਵੀ ਮਿਲਦਾ ਆ ਲੇਕਿਨ ਕੈਰੈਕਟਰ ਇੰਪੋਰਟੈਂਟ ਹੋਣਾ ਚਾਹੀਦਾ ਆ ਉਹ ਜ਼ਰੂਰ ਕਰੋ ਹੈ ਨਾ ਬਾਕੀ ਅ ਕਿਸੇ ਤਰ੍ਹਾਂ ਦਾ ਵੀ ਜਿੱਥੇ ਤੁਹਾਡੀ ਜਿਸ ਕੰਮ ਨੂੰ ਆਤਮਾ ਨਹੀਂ ਮੰਨਦੀ ਉਹ ਨਹੀਂ ਕਰਨਾ ਮਤਲਬ ਮੈਂ ਤਾਂ ਉਹ ਸ਼ਬਦ ਦਾ ਇਸਤੇਮਾਲ ਵੀ ਨਹੀਂ ਕਰਨਾ ਚਾਹੁੰਦੀ ਲੋਕ ਬੋਲਦੇ ਆ ਕਈ ਲੋਕ ਕੰਪਰੋਮਾਈਜ਼ ਪਤਾ ਨਹੀਂ ਕੀ ਬੋਲਦੇ ਆ ਹੈ ਨਾ ਪਲੀਜ਼ ਆਪਣੀ ਮਿਹਨਤ ਤੇ ਭਰੋਸਾ ਰੱਖੋ ਕਿਸੇ ਕੋਈ ਗਲਤ ਸਟੈਪ ਨਹੀਂ ਲੈਣਾ ਕੋਈ ਤੁਹਾਨੂੰ ਕੰਮ ਨਹੀਂ ਦਿਲਵਾ ਸਕਦਾ ਇਹ ਮੈਂ ਤੁਹਾਨੂੰ ਕਲੀਅਰ ਕਰਾਂ ਤੁਹਾਡਾ ਸਿਰਫ ਹਾਰਡ ਵਰਕ ਤੁਹਾਨੂੰ ਅੱਗੇ ਲਿਆ ਸਕਦਾ ਜਿਹੜੇ ਨਹੀਂ ਸਿੱਖੇ ਹੋਏ ਉਹ ਸਿੱਖੋ ਮਤਲਬ ਰਾਤੋਂ ਰਾਤ ਕੋਈ ਨਹੀਂ ਸਟਾਰ ਬਣਦਾ ਹੁੰਦਾ ਸੋਚੋ ਕੋਈ ਇੱਕ ਬਣ ਸਕਦਾ ਕਿ ਬਹੁਤ ਤੇਜ਼ ਕਿਸਮਤ ਹੈ ਕਿ ਰਾਤੋਂ ਰਾਤ ਸਟਾਰ ਬਣ ਗਿਆ ਅਚਾਨਕ ਫਿਲਮ ਆ ਗਈ ਔਰ ਬਹੁਤ ਵੱਡੇ ਬੈਨਰ ਦੀ ਫਿਲਮ ਆ ਗਈ ਹੈ ਨਾ ਇਦਾਂ ਨਹੀਂ ਹੁੰਦੀ ਮਿਹਨਤ ਨਾਲ ਹੀ ਅਸੀਂ ਅੱਗੇ ਆਉਨੇ ਆ ਮੇਰੀ ਆਪਣੀ ਜਰਨੀ ਇਸ ਤਰ੍ਹਾਂ ਹੈ ਕਿ ਛੋਟੇ ਕੈਰੈਕਟਰ ਵੀ ਮੈਂ ਕੀਤੇ ਐ ਉਹਨੂੰ ਲੇਕਿਨ ਬਹੁਤ ਮਿਹਨਤ ਕਰਕੇ ਕੀਤਾ ਆ ਹਨਾ ਤਾਂ ਕਿਸੇ ਨਾ ਕਿਸੇ ਦੀ ਨਜ਼ਰ ਪੈ ਜਾਂਦੀ ਹੈ ਕਿ ਇਹ ਵਧੀਆ ਐਕਟਰ ਹੈ ਇਹਨੂੰ ਬੁਲਾਓ ਹਨਾ ਸ਼ਾਰਟਕਟ ਨਹੀਂ ਕਦੀ ਵੀ ਅਪਣਾਉਣਾ ਕਿਉਂਕਿ ਆਪਣੀ ਸੈਲਫ ਰਿਸਪੈਕਟ ਨੂੰ ਹਮੇਸ਼ਾ ਬਣਾ ਕੇ ਰੱਖੋ ਈਗੋ ਤੇ ਸੈਲਫ ਰਿਸਪੈਕਟ ਵਿੱਚ ਬਾਰੀਕ ਜਿਹਾ ਅੰਤਰ ਹੈ ਈਗੋ ਨਹੀਂ ਰੱਖਣੀ ਈਗੋ 네ਗੇਟਿਵ ਹੈ ਸੈਲਫ ਰਿਸਪੈਕਟ ਲਈ ਹਮੇਸ਼ਾ ਖੜੇ ਰਹਿਣਾ ਲੜਨਾ ਆ ਠੀਕ ਹੈ ਸੈਲਫ ਰਿਸਪੈਕਟ ਹੈ ਤਾਂ ਸਭ ਕੁਝ ਹੈ ਔਰ ਆਪਣੀ ਫੈਮਿਲੀ ਨੂੰ ਛੱਡ ਕੇ ਕਈ ਵਾਰੀ ਬੱਚੇ ਇਸ ਤਰ੍ਹਾਂ ਦੇ ਸਟੈਪ ਲੈ ਲੈਂਦੇ ਆ ਕਿ ਫੈਮਿਲੀ ਨੂੰ ਛੱਡ ਛਡਾ ਕੇ ਉਹ ਠੀਕ ਨਹੀਂ ਹੈ ਫੈਮਿਲੀ ਦੇ ਨਾਲ ਸਭ ਕੁਝ ਕਰੋ ਜੇ ਤੁਹਾਡੇ ਨਾਲ ਫੈਮਿਲੀ ਹੁੰਦੀ ਹੈ ਤੁਹਾਨੂੰ ਬਹੁਤ ਸਪੋਰਟ ਹੁੰਦੀ ਹੈ ਤੁਸੀਂ ਸਕਸੈਸਫੁਲ ਵੀ ਹੋ ਜਾਓਗੇ ਜਦੋਂ ਤੁਸੀਂ ਆਪਣੇ ਆਪ ਨੂੰ ਇਕੱਲਾ ਕਰ ਲੈਂਦੇ ਹੋ ਤਾਂ ਲਾਈਫ ਵਿੱਚ ਫਰਸਟ੍ਰੇਸ਼ਨ ਡਿਪਰੈਸ਼ਨ ਬਹੁਤ ਕੁਝ ਆ ਸਕਦਾ ਤੁਸੀਂ ਕਿਉਂਕਿ ਇਕੱਲੇ ਹੋ ਜਾਂਦੇ ਹੋ ਤੁਹਾਨੂੰ ਕੋਈ ਨਹੀਂ ਸਪੋਰਟ ਕਰਨ ਵਾਲਾ ਹੈ ਨਾ ਔਰ ਇਸ ਦੁਨੀਆ ਦੇ ਵਿੱਚ ਪੇਰੈਂਟਸ ਔਰ ਟੀਚਰਸ ਤੋਂ ਇਲਾਵਾ ਤੁਹਾਡਾ ਇਸ ਤੋਂ ਜ਼ਿਆਦਾ ਸਗਾ ਕੋਈ ਨਹੀਂ ਹੁੰਦਾ ਸਭ ਤੋਂ ਸਗੇ ਤੁਹਾਡੇ ਪੇਰੈਂਟਸ ਔਰ ਟੀਚਰਸ ਹੁੰਦੇ ਆ ਠੀਕ ਹੈ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਸਲਾਹ ਲੈਣਾ ਚਾਹੁੰਦੇ ਹੋ ਉਹਨਾਂ ਤੋਂ ਲਓ ਉਹ ਸੋਸਾਇਟੀ 'ਚ ਕੋਈ ਐਸਾ ਕੰਮ ਨਹੀਂ ਕਰਨਾ ਜਿਹਦੇ ਨਾਲ ਤੁਹਾਡੇ ਪੇਰੈਂਟਸ ਦੀ ਔਰ ਤੁਹਾਡੇ ਟੀਚਰਸ ਦੀਆਂ ਨਜ਼ਰਾਂ ਝੁਕ ਜਾਣ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਮੈਨੂੰ ਲੱਗਦਾ ਆ ਕਿ ਤੁਹਾਡੇ ਇੱਜ਼ਤ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਵੱਡੀ ਤੋਂ ਵੱਡੀ ਸਕਸੈਸ ਵੀ ਹੈ ਤੁਹਾਨੂੰ ਖੁਸ਼ ਨਹੀਂ ਕਰ ਸਕਦੀ ਮੈਨੂੰ ਇਦਾਂ ਲੱਗਦਾ ਆ ਤੁਸੀਂ ਆਪਣਾ ਕੀर्ती ਸਮਾਂ ਕੱਢ ਗਏ ਸਾਡੇ ਸ਼ੋਅ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ